ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਅਤੇ ਮੈਂ TV84 ਦੇ ਸਾਰੇ ਦਰਸ਼ਕਾਂ ਅਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜੀ। ਅੱਜ 28 ਮਾਰਚ 2018 15 'ਚ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਅਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਅਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਇਵ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਗਲੋਬਲ ਸੀਪੀਐਨ ਦੀ ਐਪ ਰਾਹੀਂ, TV84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ TV84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ ਜੀ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਵਿਸ਼ਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ? ਦੇਖੋ, ਅਸੀਂ ਅਕਸਰ ਜਿਹੜਾ ਅੱਜ ਭਾਰਤ ਦੇ ਨਕਸ਼ੇ ਵਿੱਚ ਕੈਦ 1,300,000,000 ਲੋਕ ਕਿਸ ਕਿਸਮ ਦੇ ਮਾਹੌਲ ਦੇ ਵਿੱਚ ਰਹਿ ਰਹੇ ਨੇ, ਖਾਸ ਤੌਰ 'ਤੇ ਅਕਲੀਅਤਾਂ, ਮਾਈਨੋਰਿਟੀਜ਼, ਘੱਟ ਗਿਣਤੀਆਂ ਜਿਹਨਾਂ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ। ਲੇਕਿਨ ਇਸ ਸਾਰੇ ਦੇ ਵਿੱਚ ਇੱਕ ਪਾਸੇ ਹਿੰਦੂਤਵਾ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ, ਜਿਸ ਨੂੰ ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਬਈ ਹਰਲ ਹਰਲ ਕਰਦੇ ਉਹ ਤੁਰੇ ਫਿਰਦੇ ਨੇ, ਉੱਥੇ ਕਿਵੇਂ ਇਹ 70 ਸਾਲ ਦੇ ਵਕਤ ਦੇ ਵਿੱਚ ਜਿਹੜੀ ਸਿਚੁਏਸ਼ਨ ਹੁਣ ਹਿੰਦੂਤਵਾ ਜਾਂ ਹਿੰਦੂ ਰਾਸ਼ਟਰ ਔਰ ਕਾਂਸਟੀਟਿਊਸ਼ਨ 'ਚ ਅਮੈਂਡਮੈਂਟ ਕਰਨ ਤੱਕ ਪਹੁੰਚ ਗਈ ਹੈ ਕਿ ਇਸ ਨੂੰ ਸੰਵਿਧਾਨ ਨੂੰ ਬਦਲੋ, ਇਹ ਵੀ ਜਿਹੜਾ ਅੰਡਰ ਕਰੰਟ ਹੈ ਕਿ ਮਨੂ ਸਮ੍ਰਿਤੀ ਜਿਹੜੀ ਕਿ ਜ਼ਾਤ ਪਾਤੀ ਵਰਣ ਆਸ਼ਰਮ ਸਿਸਟਮ ਦੇ ਵਿੱਚ ਯਕੀਨ ਰੱਖਦੀ ਹੈ, ਉਹੀ ਭਾਰਤ ਦਾ ਸੰਵਿਧਾਨ ਹੋਣਾ ਚਾਹੀਦਾ। ਇੱਕ ਪਾਸੇ ਉਹ ਡਿਬੇਟ ਤਾਂ ਸਿਰੇ ਲੱਗੀ ਹੋਈ ਹੈ ਔਰ ਉਸ ਦੀ ਉਹਨਾਂ ਦੇ ਲਈ ਸਭ ਤੋਂ ਵੱਡੀ ਸਕਸੈਸ ਸੀ ਜਦੋਂ ਕਿ 22,20,000,000 ਦੀ ਆਬਾਦੀ ਵਾਲਾ ਸੂਬਾ UP, ਜਿੱਥੇ ਕਿ 2/3 ਤੋਂ ਜ਼ਿਆਦਾ ਮੈਜੋਰਿਟੀ ਜਿਹੜੀ ਹੈ ਉਹ BJP ਨੂੰ ਮਿਲੀ, ਔਰ ਇੱਕ ਗੁੰਡਾ ਗੋਰਖਪੁਰ ਦਾ ਯੋਗੀ ਆਦਿੱਤਿਆਨਾਥ ਜਿਹਨੇ ਇਸ ਸਾਰੇ ਪੀਰੀਅਡ 'ਚ ਹਜ਼ਾਰਾਂ ਐਨਕਾਊਂਟਰ ਇੱਕ ਸਾਲ ਦੇ ਵਿੱਚ ਵਿੱਚ ਬਣਾਏ ਨੇ, ਔਰ ਬਿਲਕੁਲ ਉਹ ਬੇਸ਼ਰਮ ਹੋ ਕੇ ਜਦੋਂ ਪਿਛਲੇ ਦਿਨਾਂ 'ਚ ਈਦ ਸੀ ਤਾਂ ਉਸਨੇ ਕਿਹਾ ਜੀ ਮੈਂ ਹਿੰਦੂ ਹਾਂ ਇਸ ਲਈ ਈਦ ਕੋ ਨਹੀਂ ਮਾਨਤਾ। ਸੋ ਜ਼ਾਹਰ ਹੈ ਕਿ ਉਸਨੇ ਜੇ ਟੂਰਿਜ਼ਮ ਦਾ ਸਰਕਟ ਬਣਾਇਆ UP ਦੇ ਵਿੱਚ, ਜਿਹੜਾ ਬਜਟ ਉਹ ਮਥੁਰਾ ਔਰ ਬਿੰਦਰਾਬਨ, ਬਨਾਰਸ ਇਹਨਾਂ ਸਾਰਿਆਂ ਨੂੰ ਕਨੈਕਟ ਕਰਨ ਵਾਲਾ ਤਾਂ ਹੈ, ਲੇਕਿਨ ਤਾਜ ਮਹਿਲ ਨੂੰ ਐਕਨੋਲੇਜ ਤੱਕ ਵੀ ਨਹੀਂ ਕੀਤਾ ਗਿਆ, ਉਹਦੇ ਲਈ ਕੋਈ ਫੰਡਿੰਗ ਨਹੀਂ ਰੱਖੀ ਗਈ, ਔਰ ਉਹਨਾਂ ਦੇ ਦੂਸਰੇ ਵਿੰਗਸ ਨੇ ਇਹ ਸਟੈਂਡ ਰੱਖਿਆ ਕਿ ਜੀ ਇਹ ਤਾਂ ਤਾਜੋ ਮੰਦਰ ਸੀ। ਇਸੇ ਤਰ੍ਹਾਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਹਿੰਦੂ ਮਹਾਂਸਭਾ ਨੇ ਜਿਹੜੀ ਜਮਾਤ ਕਦੇ ਮਦਨ ਮੋਹਨ ਮਾਲਵੀਆ, ਜਿਹੜਾ ਕਿ ਗਾਂਧੀ ਦਾ ਬੜਾ ਟਰੱਸਟਵਰਦੀ ਸੀ ਔਰ ਕਾਂਗਰਸ ਦਾ ਹੀ ਹਿੱਸਾ ਸੀ, ਉਹਨੇ ਅੱਡ ਹੋ ਕੇ ਹਿੰਦੂ ਮਹਾਂਸਭਾ ਜਮਾਤ ਬਣਾਈ ਸੀ, ਔਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਅੱਜ ਜਦੋਂ ਬਿਲਕੁਲ ਦਰਬਾਰ ਸਾਹਿਬ ਦੇ ਮਾਡਲ ਦੇ ਉੱਤੇ ਦੁਰਗਿਆਣਾ ਮੰਦਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਥਾਪਿਤ ਹੈ ਪਿਛਲੇ ਲਗਭਗ 100 ਸਾਲ ਤੋਂ, ਔਰ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਜਦੋਂ ਵੀ ਕੋਈ ਕੇਂਦਰੀ ਵਜ਼ੀਰ ਜਾਂ ਕਈ ਵਾਰੀ ਇੰਟਰਨੈਸ਼ਨਲ ਪਰਸਨੈਲਿਟੀ ਵੀ ਦਰਬਾਰ ਸਾਹਿਬ ਆਉਂਦੇ ਹੈ ਤਾਂ ਉਹਨਾਂ ਨੂੰ ਦੁਰਗਿਆਣਾ ਮੰਦਰ ਵੀ ਜ਼ਰੂਰ ਲਿਜਾਇਆ ਜਾਂਦਾ ਹੈ ਦੱਸਣ ਦੇ ਲਈ ਕਿ ਇਹ ਜਿਹੜਾ ਇਹ ਦੋਨੋਂ ਬਰਾਬਰ ਨੇ। ਸੋ ਇਹ ਦੁਰਗਿਆਣਾ ਮੰਦਰ ਦਾ ਵੀ ਜਿਹੜਾ ਸਾਰਾ ਕਾਨਸੈਪਟ, ਪੈਸਾ ਔਰ ਇਹ ਸਾਰਿਆਂ ਨੂੰ ਖੜ੍ਹਾ ਕਰਨਾ,
ਇਹ ਵੀ ਮਦਨ ਮੋਹਨ ਮਾਲਵੀਆ ਦਾ ਕੰਮ ਸੀ ਜਿਹਨੇ ਹਿੰਦੂ ਮਹਾਂਸਭਾ ਦੀ ਨੀਂਹ ਰੱਖੀ ਸੀ। ਔਰ ਇਹੀ ਹਿੰਦੂ ਮਹਾਂਸਭਾ ਜਿਹੜੀ ਕਿ ਹੁਣ ਵੀ ਇਹ ਨੱਥੂ ਰਾਮ ਗੋਡਸੇ ਦਾ ਵੀ ਦਿਨ ਮਨਾਉਂਦੀ ਹੈ, ਔਰ ਸਾਵਰਕਰ ਜਿਹਨੇ ਟੂ ਨੇਸ਼ਨ ਦੀ ਗੱਲ ਕੀਤੀ ਕਿ ਵੀ ਇਹ ਮੁਸਲਮਾਨਾਂ ਦੇ ਲਈ ਇਸ ਦੇਸ਼ ਕੋਈ ਥਾਂ ਨਹੀਂ, ਉਹ ਵੀ ਹਿੰਦੂ ਮਹਾਂਸਭਾ ਦਾ ਪ੍ਰਧਾਨ ਰਿਹਾ। ਔਰ ਹਿੰਦੂ ਮਹਾਂਸਭਾ ਨੇ ਪਿਛਲੇ ਦਿਨਾਂ ਜਿਹੜਾ ਹਿੰਦੂ ਕੈਲੰਡਰ ਜਾਰੀ ਕੀਤਾ, ਉਸ ਦੇ ਵਿੱਚ ਉਹਨਾਂ ਨੇ ਉਹ ਤਾਜ ਮਹਿਲ ਹੋਏ, ਉਹ ਬਨਾਰਸ ਦੀ ਮਸੀਤ ਹੋਏ, ਔਰ ਸੱਤ ਪ੍ਰੋਮੀਨੈਂਟ ਮਸੀਤਾਂ, ਔਰ ਈਵਨ ਕੁਤਬ ਮੀਨਾਰ ਜਿਸ ਨੂੰ ਉਹਨਾਂ ਨੇ ਵਿਸ਼ਨੂੰ ਦਾ ਸਤੰਭ ਕਹਿ ਕੇ ਹਿੰਦੂ ਮੰਦਰਾਂ ਦੇ ਨਾਲ, ਔਰ ਈਵਨ ਮੱਕਾ ਸ਼ਰੀਫ ਨੂੰ ਵੀ ਮੰਦਰ ਦੱਸਣ ਦੀ ਕੋਸ਼ਿਸ਼ ਕੀਤੀ। ਸੋ ਇੱਕ ਪਾਸੇ ਤਾਂ ਇਹ ਐਕਸਟ੍ਰੀਮ ਕਰੰਟ ਜਿਹਦੇ 'ਚ ਇਹਨਾਂ ਦਾ ਪੂਰਾ ਲਿੰਚਿੰਗ ਤੱਕ ਦਾ ਸਾਰਾ ਏਜੰਡਾ, ਕਿਵੇਂ ਮੋਬਸ ਜਿਹੜੀ ਹੈ ਉਹ ਘੱਟ ਗਿਣਤੀਆਂ 'ਤੇ ਮੁਸਲਮਾਨਾਂ ਈਸਾਈਆਂ 'ਤੇ ਹਮਲੇ ਕਰਦੀ ਹੈ, ਦੂਸਰੇ ਪਾਸੇ ਪੜ੍ਹਿਆ ਲਿਖਿਆ ਹਾਰਵਰਡ ਪ੍ਰੋਫੈਸਰ ਸੁਬਰਾਮਨੀਅਮ ਸਵਾਮੀ ਵਰਗਾ ਉਹ ਇਸ ਕੰਮ 'ਤੇ ਛੱਡਿਆ ਹੋਇਆ ਕਿ ਜੀ ਤੁਹਾਡਾ ਸਭ ਦਾ DNA ਹਿੰਦੂ ਹੈ, ਤੁਸੀਂ ਕੁਛ ਵੀ ਹੋ, ਸਿੱਖ ਮੁਸਲਮਾਨ ਈਸਾਈ ਜੋ ਵੀ ਹੋਵੋ, ਤੁਸੀਂ ਹਿੰਦੂ ਹੋ ਕਿਉਂਕਿ ਤੁਹਾਡਾ DNA ਹਿੰਦੂ ਹੈ। ਪਰ ਇਸ ਸਾਰੇ ਦੇ ਵਿੱਚ ਇਸ ਲੈਵਲ ਤੱਕ ਜਿਹੜਾ ਜਦੋਂ ਅਸੀਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਕਿ ਕਿਵੇਂ ਵੈਲਿਊਜ਼ ਹਿੰਦੂਤਵਾ ਦੀਆਂ ਥੋਪੀਆਂ ਜਾ ਰਹੀਆਂ, ਤਾਂ ਇੱਕ ਬੜਾ ਦਿਲਚਸਪ ਆਰਟੀਕਲ ਕਿ ਲੈਂਗੁਏਜ, ਬਹੁਤ ਵਾਰ ਜਦੋਂ ਮਾਂ ਬੋਲੀ ਦੀ ਗੱਲ ਹੁੰਦੀ ਹੈ, ਹਰ ਸਾਲ ਅਸੀਂ ਵੀ 21 ਫਰਵਰੀ ਦਾ ਦਿਨ ਜਿਹੜਾ ਕਿ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਮਦਰ ਲੈਂਗੁਏਜਿਸ ਡੇ ਐਲਾਨਿਆ ਹੋਇਆ, ਅਸੀਂ ਵੀ ਗੱਲਬਾਤ ਕਰਦੇ ਹਾਂ, ਔਰ ਇਹ ਅਕਸਰ ਜਦੋਂ ਵੀ ਕਿਤੇ ਤੁਸੀਂ ਛੋਟੀਆਂ ਮੀਟਿੰਗਸ ਦੇ ਵਿੱਚ ਬੈਠੋ ਜਾਂ ਵੱਡੇ ਇਕੱਠਾਂ ਦੇ ਵਿੱਚ ਵੀ ਡਿਸਕਸ ਹੁੰਦਾ ਅਤੇ ਮਦਰ ਟੰਗ ਜਾਂ ਮਾਂ ਬੋਲੀ ਦੀ ਗੱਲ ਅਕਸਰ ਤੁਰਦੀ ਹੈ। ਔਰ ਇਸ ਸਾਰੇ ਪੀਰੀਅਡ 'ਚ ਪਿਛਲੇ ਦਿਨਾਂ 'ਚ ਜਦੋਂ ਮੈਂ ਵਾਪਸ ਆਇਆ ਕੈਲੀਫੋਰਨੀਆ ਤੋਂ, ਅਤੇ ਇੱਕ ਬੀਬੀ ਜੀ ਜਿਨ੍ਹਾਂ ਦੇ ਨਾਲ ਜਿਉਂ ਹੀ ਗੁਫ਼ਤਗੂ ਸ਼ੁਰੂ ਹੋਈ ਏਅਰਪੋਰਟ ਤੋਂ ਮੁੜਦੇ, ਅਤੇ ਉਹਨਾਂ ਨੇ ਜਿਉਂ ਹੀ ਪਹਿਲਾ ਫਿਕਰਾ ਪੰਜਾਬੀ ਦਾ ਬੋਲਿਆ, ਮੈਂ ਕਿਹਾ ਜੀ ਤੁਹਾਡੀ ਪੰਜਾਬੀ ਬੜੀ ਮਿੱਠੀ ਹੈ, ਅਤੇ ਉਹਨਾਂ ਨੇ ਕਿਹਾ ਜੀ ਮੈਂ ਲਾਹੌਰੋਂ ਹਾਂ। ਲੇਕਿਨ ਮੈਂ ਇਹ ਵੀ ਦੇਖਦਾ ਕਿ ਵੀ ਜਿੱਥੇ ਅਸੀਂ ਇੱਕ ਪਾਸੇ ਆਪਣੀ ਮਾਂ ਬੋਲੀ ਦੇ ਉੱਤੇ ਫਖਰ ਕਰਨ ਦੀ ਗੱਲ ਕਰਦੇ ਹਾਂ, ਉੱਥੇ 1,300,000,000 ਲੋਕਾਂ ਦੇ ਉੱਤੇ ਕਿਵੇਂ ਵਿਉਂਤਬੱਧ ਤਰੀਕੇ ਦੇ ਨਾਲ ਉਸ ਹਿੰਦੀ ਜ਼ਬਾਨ ਨੂੰ ਜਿਹੜੀ ਕਿ ਭਾਰਤ ਦੇ ਵਿੱਚ 29% ਤੋਂ ਵੀ ਘੱਟ ਲੋਕਾਂ ਦੀ ਜ਼ਬਾਨ ਸੀ, ਰਾਸ਼ਟਰੀ ਭਾਸ਼ਾ ਤੱਕ ਪਹੁੰਚਾਉਣ ਦਾ ਜਿਹੜਾ ਇਹਨਾਂ ਨੇ 19ਵੀਂ ਸਦੀ ਤੋਂ ਐਫਰਟ ਕੀਤਾ, ਔਰ ਅੱਜ ਇਸ ਹੱਦ ਤੱਕ ਜਿਹੜਾ ਉਹਨਾਂ ਨੇ ਪਹੁੰਚਾ ਦਿੱਤਾ ਹੈ ਕਿ ਜਦੋਂ ਅਸੀਂ ਭਾਰਤੀ ਸੰਵਿਧਾਨ ਦੀ ਗੱਲ ਕਰਦੇ ਜੀ, ਬੇਸ਼ੱਕ ਇੰਡੀਅਨ ਕਾਨਸਟੀਟਿਊਸ਼ਨ ਦੇ ਵਿੱਚ ਸ਼ਾਇਦ 16 ਜ਼ਬਾਨਾਂ ਜਿਹੜੀਆਂ ਨੇ ਉਹ ਮਾਨਤਾ ਪ੍ਰਾਪਤ ਨੇ ਜਿਨ੍ਹਾਂ 'ਤੇ ਆਧਾਰਿਤ ਸੂਬੇ ਹੋਣ 'ਚ ਆਏ, ਔਰ ਜਿਹੜੀ ਭਾਰਤੀ ਕਰੰਸੀ ਹੈ ਨੋਟ ਉਸ 'ਤੇ ਵੀ ਕਾਫੀ ਸਾਰੀਆਂ ਜ਼ਬਾਨਾਂ ਲਿਖੀਆਂ ਹੁੰਦੀਆਂ ਨੇ, ਪਰ ਭਾਰਤੀ ਸੰਵਿਧਾਨ ਜਾਂ ਆਇਨ ਜਿਹਨੂੰ ਸਾਡੇ ਦੂਸਰੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਕਹਿੰਦੇ ਨੇ, ਉਸ ਦੀ ਓਫੀਸ਼ੀਅਲ ਕਾਪੀ ਸਿਰਫ ਅਤੇ ਸਿਰਫ ਜਿਹੜੀ ਹੈ ਉਹ ਹਿੰਦੀ ਔਰ ਅੰਗਰੇਜ਼ੀ ਦੇ ਵਿੱਚ ਹੀ ਹੈ, ਉਹ ਲੋਕਲ ਹੈ। ਔਰ ਈਵਨ ਜਦੋਂ ਅਸੀਂ ਕੋਰਟਸ ਦੇ ਹਵਾਲੇ ਨਾਲ ਦੇਖਦੇ ਹਾਂ, ਜਿਵੇਂ ਇਲਾਹਾਬਾਦ ਹਾਈ ਕੋਰਟ ਹੈ, ਇਲਾਹਾਬਾਦ ਹਾਈ ਕੋਰਟ ਦੀ ਕਾਰਵਾਈ ਜਿਹੜੀ ਹੈ ਉਹ ਹਿੰਦੀ 'ਚ ਚੱਲ ਸਕਦੀ ਹੈ, ਪਰ ਤਮਿਲਨਾਡੂ ਦੇ ਵਿੱਚ ਜਿਹੜਾ ਮੈਡਰਾਸ ਜਾਂ ਤਮਿਲਨਾਡੂ ਦਾ ਹਾਈ ਕੋਰਟ ਹੈ ਉਹ ਤਮਿਲ ਦੇ ਵਿੱਚ ਕਾਰਵਾਈ ਨਹੀਂ ਕਰ ਸਕਦਾ। ਇਸੇ ਤਰ੍ਹਾਂ ਈਵਨ ਪੰਜਾਬ ਹਰਿਆਣਾ ਹਾਈ ਕੋਰਟ ਹੈ, ਉਸ ਦੇ ਵਿੱਚ ਵੀ ਕੋਈ ਪੰਜਾਬੀ 'ਚ ਕਾਰਵਾਈ ਨਹੀਂ ਹੈ, ਇੰਗਲਿਸ਼ ਜਾਂ ਹਿੰਦੀ, ਇਹੀ 2 ਲੈਂਗੁਏਜਿਸ ਨੇ। ਸੋ ਇਹੀ ਵਰਤਾਰਾ ਆਲਰੇਡੀ ਸਾਰੇ ਪਾਸੇ, ਹਾਲਾਂਕਿ ਜਿਹੜਾ ਇਹਨਾਂ ਦਾ ਪਹਿਲਾ ਰਿਜ਼ੋਲਵ ਸੀ ਸੰਵਿਧਾਨ ਬਣਨ ਤੋਂ ਬਾਅਦ
ਕਿ 1965 ਤੱਕ ਅਸੀਂ ਸਾਰੇ ਪਾਸੇ ਹਿੰਦੀ ਲਾਗੂ ਕਰ ਦੇਣੀ ਹੈ, ਉਹ ਚੱਲਿਆ ਨਹੀਂ। ਦੱਖਣ ਦੇ ਵਿੱਚ ਜਾ ਕੇ ਬਲੌਕ ਹੋਇਆ। ਹੁਣ ਵੀ ਜਦੋਂ ਕਿ ਕਰਨਾਟਕਾ ਦੇ ਵਿੱਚ ਚੋਣਾਂ ਹੋਣੀਆਂ ਨੇ, ਜਿਹਨਾਂ ਨੇ ਆਪਣੇ ਅੱਡ ਝੰਡੇ ਦੀ ਗੱਲ ਕੀਤੀ ਹੈ, ਔਰ ਇਹਨਾਂ ਨੇ ਕਿਉਂਕਿ ਜਿਹੜੇ ਨੈਸ਼ਨਲ ਹਾਈਵੇ ਨੇ, ਜਿਵੇਂ ਅਮਰੀਕਾ ਦੇ ਵਿੱਚ ਜਿਹੜੇ ਫਰੀਵੇ ਨੇ ਉਹ ਫੈਡਰਲ ਗਵਰਨਮੈਂਟ ਦੇ ਕੋਲ ਹੁੰਦੇ ਨੇ, ਪੈਸੇ ਵੀ ਉਹੀ ਖਰਚਦੇ ਨੇ ਉਹਨਾਂ ਨੂੰ ਮੇਨਟੇਨ ਕਰਨ ਲਈ। ਸੋ ਇਹਨਾਂ ਨੇ ਤਮਿਲਨਾਡ ਤੋਂ ਇਲਾਵਾ, ਤਮਿਲਨਾਡ ਵਾਲੇ ਨੇ ਤਾਂ ਕਦੇ ਉੱਥੇ ਹਿੰਦੀ ਲੱਗਣ ਹੀ ਨਹੀਂ ਦਿੱਤੀ। ਐਤਕੀ ਇਹਨਾਂ ਨੇ ਜਿਹੜਾ ਕਰਨਾਟਕਾ ਦੇ ਵਿੱਚ ਬੰਗਲੌਰ ਔਰ ਈਵਨ ਹੋਰ ਥਾਵਾਂ 'ਤੇ ਇਹ ਕੋਸ਼ਿਸ਼ ਕੀਤੀ ਕਿ ਹਿੰਦੀ ਦੇ ਵਿੱਚ ਬੋਰਡ ਲੱਗਣ, ਲੇਕਿਨ ਲੋਕਾਂ ਨੇ ਇੰਨਾ ਪ੍ਰੋਟੈਸਟ ਕੀਤਾ ਕਿ ਅਲਟੀਮੇਟਲੀ ਉਹਨਾਂ ਨੂੰ ਉੱਥੋਂ ਹਟਾਉਣਾ ਪਿਆ। ਇਵੇਂ ਹੀ ਤੇਲਗੂ ਦੇ ਵਿੱਚ ਵੀ ਹੋਇਆ, ਪਰ ਪੰਜਾਬ ਦੇ ਵਿੱਚ ਬੜੀ ਤੇਜ਼ੀ ਦੇ ਨਾਲ, ਜਿਵੇਂ ਜਦੋਂ ਅਸੀਂ LAC ਪਿਛਲੇ ਵੀਕਐਂਡ ਦੇ ਉੱਤੇ ਔਰ ਉਸ ਤੋਂ ਇੱਕ ਸ਼ਾਮ ਪਹਿਲਾਂ ਇੱਕ ਗਰੁੱਪ ਮੀਟਿੰਗ ਦੇ ਵਿੱਚ ਇੱਕ ਵੀਰ ਬਾਰ ਬਾਰ ਕਹਿ ਰਿਹਾ ਸੀ ਕਿ ਜੀ ਇਸ ਗੱਲ ਦਾ ਵੀ ਦੇਖੋ ਕਿ ਸਾਡੇ ਉੱਥੇ ਜਿੰਨੇ ਵੀ ਸਕੂਲਾਂ 'ਚ ਤਾਂ ਹੈ ਹੀ ਨਹੀਂ ਪੰਜਾਬੀ, ਅਦਰ ਦੈਨ ਕਿ ਸਰਕਾਰੀ ਸਕੂਲ ਜਿਹਨਾਂ ਦੇ ਵਿੱਚ ਗਰੀਬ ਭਈਆਂ ਦੇ ਜਾਂ ਦਲਿਤਾਂ ਦੇ ਬੱਚੇ ਪੜ੍ਹਦੇ ਨੇ, ਦੂਜੇ ਸਕੂਲਾਂ 'ਚੋਂ ਤਾਂ ਗਾਇਬ ਕਰ ਦਿੱਤੇ। ਪਰ ਘਰਾਂ ਦੇ ਵਿੱਚ ਵੀ, ਔਰ ਜਿਹੜਾ ਇੱਕ ਰੁਝਾਨ ਹੈ ਉਹ ਕਹਿੰਦਾ ਕਿ ਉਹ ਕਾਫੀ 18-20 ਸਾਲ ਬਾਅਦ ਉਹ ਗਏ, ਕਹਿੰਦਾ ਮੈਨੂੰ ਬੜੀ ਹੈਰਾਨੀ ਹੋਈ ਕਿ ਸ਼ਕਲਾਂ ਵਾਲੇ ਲੋਕ ਤਾਂ ਨਜ਼ਰ ਨਹੀਂ ਆਉਂਦੇ ਆਪਣੇ, ਉਹ ਤਾਂ ਵੈਸੇ ਹੀ ਦੂਜਿਆਂ ਦੀ ਆਬਾਦੀ ਲੱਗਦੀ ਹੈ। ਲੇਕਿਨ ਈਵਨ ਜਦੋਂ ਜ਼ਬਾਨ ਦੇ ਪੱਖੋਂ ਵੀ ਅਸੀਂ ਦੇਖਦੇ ਹਾਂ ਤਾਂ ਉਹ ਕਹਿੰਦੇ ਜੀ ਇੱਥੇ ਅਸੀਂ ਬੱਚਿਆਂ ਦੇ ਉੱਤੇ ਘਰਾਂ ਦੇ ਵਿੱਚ ਜ਼ੋਰ ਪਾਉਂਦੇ ਹਾਂ ਵੀ ਉਹ ਪੰਜਾਬੀ ਬੋਲਣ, ਉੱਥੇ ਤਾਂ ਜਿਸ ਕਿਸਮ ਦੀ ਉਹ ਹਿੰਦੀ ਬੋਲਦੇ ਨੇ, ਨਾ ਉਹ ਪੰਜਾਬੀ ਰਹਿਣ ਦਿੱਤੀ ਹੈ, ਨਾ ਉਹਨਾਂ ਨੇ ਹਿੰਦੀ ਰਹਿਣ ਦਿੱਤੀ। ਸੋ ਚਲੋ ਇਹ ਇੱਕ ਵੱਖਰੀ ਗੱਲ ਹੈ ਕਿ ਕਿਵੇਂ ਸਿਸਟਮੈਟਿਕਲੀ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜਿਵੇਂ ਬਹੁਤ ਵਾਰ ਬਹੁਤਿਆਂ ਲਈ ਮੂਵਮੈਂਟ ਦਾ ਮਤਲਬ ਬੰਦੇ ਮਰਨਾ ਹੁੰਦਾ। ਹੁਣ ਕਈ ਕਹਿਣਗੇ ਕਿ ਜੀ ਪੰਜਾਬ 'ਚ ਹੁਣ ਲਹਿਰ ਰਹੀ ਨਹੀਂ, ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਹੈ ਕਿ ਜਦੋਂ ਤੱਕ ਕੋਈ ਵੱਡੀ ਗਿਣਤੀ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਨਹੀਂ ਹੋ ਰਹੇ, ਇਹਦਾ ਮਤਲਬ ਹੈ ਕਿ ਮੂਵਮੈਂਟ ਨਹੀਂ। ਹਾਲਾਂਕਿ ਮੂਵਮੈਂਟ ਦਾ ਮਤਲਬ ਨਾ ਉਦੋਂ ਅਸਿਵਿਆਂ 'ਚ ਬੰਦੇ ਮਾਰਨਾ ਜਾਂ ਮਰਨਾ ਸੀ, ਨਾ ਹੀ ਅੱਜ ਹੈ, ਕਿਉਂਕਿ ਮੂਵਮੈਂਟ ਦਾ ਮਤਲਬ ਤਾਂ ਇਹੀ ਹੁੰਦਾ ਕਿ ਲੋਕਾਂ ਦੇ ਦਿਲਾਂ 'ਚ ਕੀ ਹੈ, ਲਹਿਰ ਕੀ ਹੈ, ਔਰ ਜਿੰਨੀ ਤੇਜ਼ੀ ਦੇ ਨਾਲ ਕੋਈ ਗੱਲ ਆਪਣੀ ਕਰਦੇ ਉਸੇ ਨੂੰ ਹੀ ਲਹਿਰ ਕਿਹਾ ਜਾਂਦਾ। ਔਰ ਬਹੁਤ ਵਾਰੀ ਅੰਡਰ ਕਰੰਟ ਹੁੰਦਾ ਜਿਹੜੀ ਚੀਜ਼ ਤੁਹਾਡੇ ਅੰਦਰ ਚੱਲ ਰਹੀ ਹੁੰਦੀ ਹੈ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਕਾਂਗਰਸ ਦੀ ਬੇਸ਼ੱਕ ਸਰਕਾਰ, ਨਹਿਰੂ ਐਟ ਦਾ ਹੈਲਮ ਆਫ ਅਫੇਅਰ ਸੀ 47 ਤੋਂ ਬਾਅਦ, ਲੇਕਿਨ ਹਰ ਇੱਕ ਦੇ ਅੰਦਰ ਜਿਹੜਾ ਲੁਕਵਾਂ ਏਜੰਡਾ, ਜਾਂ ਗਾਂਧੀ ਨੇ ਬੜੇ ਜਿਹੜਾ ਉਹ ਢੱਕਣ ਵਾਲੇ ਅੰਦਾਜ਼ ਦੇ ਨਾਲ ਰਾਮ ਰਾਜ ਦੀ ਗੱਲ ਕੀਤੀ ਸੀ ਕਿ ਜੀ, ਔਰ ਬਹੁਤਿਆਂ ਨੂੰ ਤਾਂ ਰਾਮ ਰਾਜ ਲੱਗਦਾ ਸੀ ਜੀ ਜਸਟਿਸ ਦੀ ਗੱਲ, ਪਰ ਜਦੋਂ ਉਹ ਰਾਮ ਰਾਜ ਕਹਿ ਰਿਹਾ ਸੀ, ਜ਼ਾਹਰ ਹੈ ਕਿ ਜੇ ਬਾਅਦ ਦੇ ਵਿੱਚ ਭਾਰਤੀ ਜਨਸੰਘ ਨੇ ਜਾਂ ਫਿਰ BJP ਨੇ ਰਾਮ ਨੂੰ ਹੀ ਆਪਣਾ ਆਈਡੀਅਲ ਬਣਾ ਕੇ ਅਯੁੱਧਿਆ ਦਾ ਜਿਹੜਾ ਮਸੀਤ ਵੀ ਢਾਈ, ਔਰ ਅੱਜ ਵੀ ਜੈ ਸ਼੍ਰੀ ਰਾਮ, ਉਹਨਾਂ ਨੇ ਕੋਈ ਗ੍ਰੀਟਿੰਗ, ਇਹਨਾਂ ਦੀ ਹਿਸਟਰੀ 'ਚ ਕਦੇ ਜੈ ਸ਼੍ਰੀ ਰਾਮ ਦੀ ਕੋਈ ਗ੍ਰੀਟਿੰਗ ਨਹੀਂ ਸੀ। ਲੇਕਿਨ ਇਹਨਾਂ ਨੇ ਹੁਣ ਯਕੀਨੀ ਬਣਾਇਆ ਕਿ ਇਸ ਨੂੰ ਐਜ਼ ਏ ਗ੍ਰੀਟਿੰਗ ਇਸਤੇਮਾਲ ਕੀਤਾ ਜਾਏ। ਔਰ ਜਦੋਂ ਹੁੰਦਾ ਕਹਿੰਦੇ ਦੇਖੋ ਗਾਂਧੀ ਜੀ ਵੀ ਤਾਂ ਰਾਮ ਰਾਜ ਹੀ ਚਾਹੁੰਦੇ ਸੀ, ਅਸੀਂ ਇਹੀ ਰਾਮ ਦੀ ਗੱਲ ਕਰ ਰਹੇ। ਔਰ ਇਸ ਸਾਰੇ 'ਚ ਜ਼ਬਾਨ ਨੇ ਹਿੰਦੀ ਨੂੰ ਕਿਵੇਂ ਜਿਹੜਾ ਉਹ ਥੋਪਿਆ ਗਿਆ, ਔਰ ਈਵਨ ਰਾਸ਼ਟਰੀ ਭਾਸ਼ਾ ਵੀ ਬਣਾਇਆ ਗਿਆ, ਕਿਉਂਕਿ ਇਹ 19ਵੀਂ ਸਦੀ ਤੋਂ ਹੀ ਇਹ ਇੱਕ ਡਿਬੇਟ ਸੀ। ਔਰ ਸਰ ਕਪੂਰ ਸਿੰਘ ਔਰਾਂ ਨੇ ਸਾਚੀ ਸਾਖੀ 'ਚ ਇੱਕ ਵਾਕਿਆ ਵੀ ਲਿਖਿਆ ਜਿਹਦੇ 'ਚ ਕਿ ਉਹਨਾਂ ਨੇ ਜਦੋਂ ਕਿ ਡਿਬੇਟ ਵੀ ਚੱਲ ਰਹੀ ਸੀ ਕਿ ਕੀ ਹਿੰਦੁਸਤਾਨੀ ਜ਼ਬਾਨ ਜਿਹੜੀ ਹੈ ਰਾਸ਼ਟਰੀ ਜਾਂ ਕੌਮੀ ਜ਼ਬਾਨ ਹੋਏ, ਹਿੰਦੁਸਤਾਨੀ ਦਾ ਮਤਲਬ ਸੀ ਜਿਹਨੂੰ ਇੱਕ ਪਾਸੇ ਉਰਦੂ ਕਿਹਾ ਜਾਂਦਾ, ਪਰ ਉਹ ਇਹ ਨਹੀਂ ਸੀ ਕਿ ਗੰਗਾ ਜਮਨਾ ਤਹਿਜ਼ੀਬ ਵਾਲੀ
ਜਿਹੜੀ ਬਿਲਕੁਲ ਸਖਤ ਸੰਸਕ੍ਰਿਤ ਆਧਾਰਿਤ ਜ਼ਬਾਨ ਸੀ, ਹਿੰਦੁਸਤਾਨੀ ਸੀ, ਜਿਹਨੂੰ ਕਿ ਜਿਹੜੀ ਉਰਦੂ ਜ਼ਬਾਨ ਵੀ ਹੈ, ਜੇ ਅਸੀਂ ਇਸ ਦੀ ਹਿਸਟਰੀ ਦੇਖੀਏ ਤਾਂ ਇਸ ਦਾ ਜਦੋਂ ਅਸੀਂ 13ਵੀਂ 14ਵੀਂ ਸਦੀ ਤੋਂ ਇਸ ਦੀ ਬਣਤਰ ਸ਼ੁਰੂ ਹੁੰਦੀ ਹੈ, ਔਰ ਜਿਹੜੇ ਪਹਿਲੇ ਜਿਨ੍ਹਾਂ ਨੇ ਜਿਵੇਂ ਅਲਾਊਦੀਨ ਖਿਲਜੀ ਦੇ ਕੋਰਟ ਦੇ ਵੇਲੇ ਵੀ ਅਮੀਰ ਖੁਸਰੋ ਜਿਨ੍ਹਾਂ ਦੇ ਜਿਹੜੀ ਹੈ ਕੰਪੋਜੀਸ਼ਨ, ਜਿਨ੍ਹਾਂ ਨੇ ਤਬਲਾ ਆਜ਼ਾਦ ਕੀਤਾ, ਜਿਨ੍ਹਾਂ ਦਾ ਬਹੁਤ ਸਾਰੀਆਂ ਠੁਮਰੀਆਂ ਗੀਤ ਦੂਜੇ ਤੀਜੇ ਦੋਨੋਂ ਪਾਸਿਆਂ ਦੇ ਕਲਾਕਾਰ ਗਾਉਂਦੇ ਨੇ, ਔਰ ਤੁਰਕਾਂ ਦੇ ਆਉਣ ਵੇਲੇ ਤੱਕ ਜਦੋਂ, ਔਰ ਜਦੋਂ ਤੁਸੀਂ ਉਰਦੂ ਨੂੰ ਡਿਕਸ਼ਨਰੀ ਦੇ ਵਿੱਚ ਦੇਖੋਗੇ ਤਾਂ ਉਹਨੂੰ ਲੈਂਗੁਏਜ ਆਫ ਦਾ ਟਰੂਪਸ ਕਿਹਾ ਜਾਂਦਾ, ਉਹਨਾਂ ਦੀ ਜ਼ਬਾਨ ਤੁਰਕੀ ਸੀ, ਤੁਰਕੀ ਜ਼ਬਾਨ ਦੇ ਵੀ ਬਹੁਤ ਸਾਰੇ ਸ਼ਬਦ, ਸੋ ਕੁੱਲ ਮਿਲਾ ਕੇ ਜਿਹੜੀ ਲੋਕਲ ਨੇਟਿਵ ਜ਼ਬਾਨ ਸੀ, ਲੋਕ ਜਿਹੜੀ ਬੋਲਦੇ ਸੀ, ਉਹ ਕੋਈ ਹਿੰਦੀ ਨਾਂ ਦੀ ਜ਼ਬਾਨ ਨਹੀਂ ਸੀ, ਕਿਉਂਕਿ ਜਿਹੜੀ ਅਸੀਂ ਗੰਗਾ ਜਮਨਾ ਬੈਲਟ ਦੀ ਵੀ ਗੱਲ ਕਰਦੇ ਹਾਂ, ਇਸ ਦੇ ਵਿੱਚ ਅਵਧ ਜਿਹਨੂੰ ਅੱਜ ਲਖਨਊ ਕਹਿੰਦੇ ਨੇ ਇੱਕ ਆਪਣੀ ਅਵਧੀ ਜ਼ਬਾਨ ਸੀ, ਇੱਕ ਮਥੁਰਾ ਗੋਕਲ ਬਿੰਦਰਾਬਨ ਜਿਸ ਦੀ ਜ਼ਬਾਨ ਬ੍ਰਿਜ ਭਾਸ਼ਾ ਸੀ, ਔਰ ਇਸ ਕਰਕੇ ਜਿਹੜੀਆਂ ਗੋਪੀਆਂ ਨੇ ਉਹਨਾਂ ਨੂੰ ਬ੍ਰਿਜ ਬਾਲਾ ਕਿਹਾ ਜਾਂਦਾ, ਕਿਉਂਕਿ ਬ੍ਰਿਜ ਦੀ ਲੈਂਡ ਦੀਆਂ ਕੁੜੀਆਂ, ਬ੍ਰਿਜ ਬਾਲਾ, ਸੋ ਬ੍ਰਿਜ ਭਾਸ਼ਾ ਸੀ, ਅਵਧੀ ਸੀ। ਫਿਰ ਅਸੀਂ ਅੱਜ ਜਿਹੜੀਆਂ ਬਹੁਤ ਸਾਰੀਆਂ ਫਿਲਮਾਂ ਔਰ ਫਿਲਮੀ ਗੀਤ ਭੋਜਪੁਰੀ ਦੇ ਨਾਂ ਥੱਲੇ ਪਾਪੂਲਰ ਹੋ ਰਹੇ ਨੇ, ਭੋਜਪੁਰੀ, ਸੋ ਭੋਜਪੁਰੀ ਇੱਕ ਅੱਡ ਡਾਇਲੈਕਟ ਸੀ, ਸੋ ਇਸ ਸਾਰੇ ਨੂੰ ਹੀ ਇਹਨਾਂ ਨੇ, ਔਰ ਰਾਜਸਥਾਨੀ, ਤੁਸੀਂ ਜਦੋਂ ਰਾਜਸਥਾਨੀ ਸੁਣਦੇ ਹੋ ਉਹਨਾਂ ਦਾ ਇੱਕ ਆਪਣਾ ਅਲੱਗ ਅੰਦਾਜ਼ ਹੈ, ਈਵਨ ਹਰਿਆਣਵੀ ਜਿਹੜੀ ਹੈ ਉਹ ਇੱਕ ਅਲੱਗ ਹੈ, ਲੇਕਿਨ 19ਵੀਂ ਸਦੀ ਦੇ ਵਿੱਚ ਇਹਨਾਂ ਨੇ ਇਹ ਦੇਖਦੇ ਹਾਂ ਕਿ ਜੀ ਉਦੋਂ ਤੱਕ ਜਦੋਂ ਬ੍ਰਿਟਿਸ਼ ਨੇ ਈਵਨ 1849 'ਚ ਪੰਜਾਬ ਵੀ ਕੰਕਰ ਕਰ ਲਿਆ, ਫਿਰ ਉਹਨਾਂ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਨੌਰਥ ਇੰਡੀਆ ਦੇ ਵਿੱਚ ਉਰਦੂ ਜ਼ਬਾਨ ਨੂੰ ਹੀ ਜਿਹੜਾ ਉਹ ਐਜ਼ ਏ ਆਫੀਸ਼ੀਅਲ ਲੈਂਗੁਏਜ ਮੰਨਿਆ ਹੋਇਆ ਸੀ, ਅਤੇ ਜਿਹੜੇ ਉਹਨਾਂ ਨੇ ਨਵੇਂ ਅਦਾਰੇ ਖੋਲ੍ਹੇ ਜਿਨ੍ਹਾਂ ਦੇ ਵਿੱਚ ਪੋਸਟ ਆਫਿਸਿਸ ਜਾਂ ਰੇਲਵੇ ਜਾਂ ਜਿਹੜੀਆਂ ਸੈਂਟਰਲ ਸਰਵਿਸਿਸ ਸੀ, ਉਹਦੇ 'ਚ ਲੈਂਗੁਏਜ ਜਿਹੜੀ ਹੈ ਮੁੱਖ ਤੌਰ 'ਤੇ ਉਹ ਅੰਗਰੇਜ਼ੀ ਸੀ, ਰੈਵਨਿਊ ਦੇ ਵਿੱਚ ਮਾਲ ਦੇ ਵਿੱਚ ਵੀ ਉਰਦੂ ਸੀ, ਔਰ ਕਿਉਂਕਿ ਇਹਨਾਂ ਦੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਕਲਕੱਤੇ ਤੋਂ ਲੈ ਕੇ ਉਸ ਸਾਰੇ ਕਲਕੱਤਾ 1757-58 ਤੋਂ ਹੀ ਇਹਨਾਂ ਦੀ ਕੈਪੀਟਲ ਸੀ ਅੰਗਰੇਜ਼ੀ ਰਾਜ ਦੀ, ਸੋ ਉੱਥੇ ਅੰਗਰੇਜ਼ੀ ਕਾਲਜਾਂ ਦੇ ਵਿੱਚੋਂ ਬੰਗਾਲੀ ਜਾਂ ਮਦਰਾਸੀ ਜਿਹੜੇ ਨੇ ਉਹੀ ਅੰਗਰੇਜ਼ੀ ਪੜ੍ਹੇ ਸੀ, ਸੋ ਉਹੀ ਇੱਧਰ ਉਹ ਰੇਲਵੇ ਦੇ ਆ ਕੇ ਗਾਰਡ ਜਿਹੜੇ ਨੇ, ਕਲਰਕ ਲੱਗਣ, ਪੋਸਟ ਆਫਿਸ ਦੇ ਬਾਬੂ ਲੱਗਣ, ਕੋਈ ਹੋਰ ਲੱਗਣ, ਇਸ ਲਈ ਸਾਡੇ ਇੱਧਰਲੇ ਪੰਜਾਬ ਜਦੋਂ ਕਿਸੇ ਨੂੰ ਬੰਗਾਲੀ ਜਾਂ ਮਦਰਾਸੀ ਇਕੱਲਾ ਕਰਕੇ ਨਹੀਂ ਐਡਰੈਸ ਕਰਦੇ, ਉਹਨੂੰ ਕਹਿਣਗੇ ਬੰਗਾਲੀ ਬਾਬੂ, ਮਦਰਾਸੀ ਬਾਬੂ, ਕਿਉਂਕਿ ਉਹ ਬਾਬੂ ਸੀ, ਬਾਬੂ ਦਾ ਮਤਲਬ ਹੀ ਕਲਰਕ ਹੈ, ਉਹ ਅੰਗਰੇਜ਼ੀ ਦੇ ਵਿੱਚ, ਪਰ ਜਿਹੜਾ ਅਦਰਵਾਈਜ਼ ਸਾਰਾ ਕੰਮ ਸੀ ਉਹ ਉਰਦੂ 'ਚ ਸੀ, ਔਰ 19th century 'ਚ ਇਹ ਪੂਰੀ ਮੁਹਿੰਮ ਯੂਪੀ ਵਿਚਲਾ ਜਾਂ ਯੂਪੀ ਬਿਹਾਰ ਦੀ ਬੈਲਟ ਦੇ ਜਿਹੜੇ ਐਲੀਤ ਅਪਰ ਕਲਾਸ ਹਿੰਦੂ ਸੀ ਉਹਨਾਂ ਨੇ ਮੁਹਿੰਮ ਚਲਾਈ ਕਿ ਜੀ ਇਹ ਅਵਧੀ ਔਰ ਭੋਜਪੁਰੀ ਔਰ ਬ੍ਰਿਜ ਭਾਸ਼ਾ ਔਰ ਰਾਜਸਥਾਨੀ ਹਰਿਆਣਵੀ ਇਹ ਸਾਰੀਆਂ ਜਿਹੜੀਆਂ ਨੇ ਇਹ ਹਿੰਦੀ ਹੈ ਔਰ ਹਿੰਦੀ ਨੂੰ ਵੀ ਮਾਨਤਾ ਦਿਓ, ਸੋ 19th century 'ਚ ਕਿਉਂਕਿ ਅੰਗਰੇਜ਼ ਕਿਤੇ ਨਾ ਕਿਤੇ ਇਹਨਾਂ ਨੂੰ ਓਬਲਾਈਜ਼ ਵੀ ਕਰ ਰਹੇ ਸੀ ਅਪਰ ਕਾਸਟ ਹਿੰਦੂਆਂ ਨੂੰ, ਬੰਗਾਲ ਦੇ ਵਿੱਚ ਜਿਹੜੀ ਉਹਨਾਂ ਦਾ ਇੱਕ ਮੁੱਦਾ ਵੀ ਸੀ ਡਿਵਾਈਡ ਕਰਕੇ ਰੱਖਣਾ ਹਿੰਦੂਆਂ ਔਰ ਮੁਸਲਮਾਨਾਂ ਨੂੰ, ਇਹੀ ਕਾਰਨ ਸੀ ਕਿ ਆਨੰਦ ਮੱਠ ਵਰਗੀ ਰਚਨਾ ਜਿਹਦੇ 'ਚ ਕਿ ਵੰਦੇ ਮਾਤਰਮ ਜਿਹਦੇ 'ਚੋਂ ਨਿਕਲਿਆ, ਉਸ ਤੋਂ ਉਸ ਸਾਰੇ ਦੀ ਜਿਹੜੀ ਇੰਟੈਂਟ ਸੀ ਉਹ ਅਗੇਂਸਟ ਮੁਸਲਮਾਨਾਂ ਦੇ ਸੀ, ਅਗੇਂਸਟ ਇਸਲਾਮ ਸੀ, ਔਰ ਅੰਗਰੇਜ਼ ਉਸ ਮਾਮਲੇ 'ਚ ਸੌਫਟ ਸੀ ਔਰ ਉਹ ਇਹਨਾਂ ਨੂੰ ਕਨਸੈਸ਼ਨ ਦਿੰਦੇ ਚਲੇ ਗਏ, ਔਰ 19th century 'ਚ ਇਹਨਾਂ ਨੂੰ ਇਹ ਸਾਰੀਆਂ ਹੀ ਜਿਹੜੇ ਅਸੀਂ ਡਾਇਲੈਕਟਸ ਜਿਹਨੂੰ ਅੱਜ ਕਿਹਾ ਜਾਂਦਾ ਹੈ
ਇਹ ਜ਼ਬਾਨਾਂ ਸੀ ਆਪਣੇ ਆਪ ਦੇ ਵਿੱਚ, ਇਹ ਸਾਰੀਆਂ ਹਿੰਦੀ ਦੇ ਨਾਲ ਮਰਜ ਕਰ ਦਿੱਤੀਆਂ ਗਈਆਂ ਜੀ। ਨਤੀਜੇ ਦੇ ਤੌਰ 'ਤੇ ਹੌਲੀ 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 ਜਦੋਂ ਤੱਕ ਭਾਰਤ ਆਜ਼ਾਦ ਹੁੰਦਾ 47 ਜਾਂ ਡਿਵੀਜ਼ਨ ਹੁੰਦੀ ਹੈ, ਹਿੰਦੀ ਦਾ ਕਲੇਮ ਜਿਹੜਾ ਉਹਨਾਂ ਨੇ ਬਿਲਡ ਕਰ ਦਿੱਤਾ ਨੈਸ਼ਨਲ ਲੈਂਗੁਏਜ ਬਣਾਉਣ ਲਈ। ਔਰ ਜਦੋਂ ਅਸੀਂ ਉਰਦੂ ਜ਼ਬਾਨ ਜਾਂ ਹਿੰਦੁਸਤਾਨੀ ਦੀ ਗੱਲ ਕਰਾਂਗੇ, ਇਹ ਉਹ ਪੀਰੀਅਡ ਸੀ 14ਵੀਂ 15ਵੀਂ ਸਦੀ ਦਾ ਜਦੋਂ ਕਿ ਇਹ ਜ਼ਬਾਨ ਪੂਰੀ ਇਹਦਾ ਮੇਕਿੰਗ ਹੋਈ। ਔਰ ਮੁਗਲੀਆ ਦਰਬਾਰ ਦੇ ਵਿੱਚ ਫਿਰ ਅਸੀਂ ਦੇਖਦੇ ਹਾਂ ਕਿ ਉਹ ਗਜ਼ਲ ਹੋਏ, ਉਹ ਉਹਨਾਂ ਦਾ ਸਾਰਾ ਉਹਨੂੰ ਵਡਿਆਣਾ ਹੋਏ, ਸੰਗੀਤ ਹੋਏ, ਦੂਸਰਾ ਹੋਏ। ਔਰ ਈਵਨ ਇਸ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜਾ ਕਿ ਨਾ ਸਿਰਫ ਸਾਡੇ ਲਈ ਜਾਗਤ ਜੋਤ ਗੁਰੂ ਨੇ, ਐਟਰਨਲ ਗੁਰੂ ਨੇ, ਉੱਥੇ ਡਿਵਿਨਿਟੀ ਜਾਂ ਰੱਬਤਾ ਦੀ ਗੱਲ ਬਾਕੀਆਂ ਲਈ ਵੀ ਜਿਹੜਾ ਹਿਊਮਨ ਕਾਇੰਡ ਦੇ ਲਈ ਹੈ, ਲੇਕਿਨ ਜੇ ਅਸੀਂ ਲਿਟਰਰੀ ਐਂਗਲ ਤੋਂ ਵੀ ਦੇਖੀਏ ਤਾਂ ਸਾਨੂੰ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਕਿ ਸਕ੍ਰਿਪਟ ਗੁਰਮੁਖੀ ਇਸਤੇਮਾਲ ਕੀਤੀ ਗਈ ਰਿਜੈਕਟ ਕਰਕੇ ਹਿੰਦੀ, ਦੇਵਨਾਗਰੀ, ਸੰਸਕ੍ਰਿਤ ਨੂੰ, ਉੱਥੇ ਜਿਹੜੀ ਜ਼ਬਾਨ ਹਿੰਦੁਸਤਾਨੀ ਫੋਰਮ ਦੇ ਵਿੱਚ ਇਵੋਲਵ ਹੋ ਰਹੀ ਸੀ, ਜਿਸ ਨੂੰ ਉਰਦੂ ਜਾਂ ਹਿੰਦੁਸਤਾਨੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਵੀ ਜਿਹੜੇ ਨੇ ਸ਼ਬਦ ਅਸੀਂ ਦੇਖਦੇ ਹਾਂ ਕਿ ਕਬੀਰ ਸਾਹਿਬ ਨੇ ਵੀ ਉਸ ਦੇ ਵਿੱਚ ਇੱਕ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਰਚਨਾ ਹੈ। ਔਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਖਾਸ ਤੌਰ 'ਤੇ ਜਿਹਨੂੰ ਸਾਡੇ ਬਹੁਤ ਵਾਰੀ ਜਿਹੜਾ ਉਹ ਉਸ ਨੂੰ ਫਾਰਸੀ ਕਹਿਣਗੇ, ਉਹ ਫਾਰਸੀ ਨਹੀਂ ਹੈ, ਉਹ ਇੱਕ ਇਵੋਲਵ ਹੋ ਰਿਹਾ ਸੀ ਉਰਦੂ, ਫਾਰਸੀ ਔਰ ਹਿੰਦੁਸਤਾਨੀ ਦਾ ਜਿਹੜਾ ਲੋਕਲ ਡਾਇਲੈਕਟ ਸੀ, ਔਰ ਤੁਰਕੀ ਜ਼ਬਾਨ ਦਾ ਜਿਹੜਾ ਜਿਵੇਂ ਜਿਹੜਾ ਸ਼ਬਦ ਹੈ ਯਕ ਅਰਜ਼ ਗੁਫਤਮ ਪੇਸ਼ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ। ਇਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ। ਇਸੇ ਤਰ੍ਹਾਂ ਅਸੀਂ ਜਦੋਂ ਦੇਖਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ 'ਚ ਇਹ ਸ਼ਬਦ ਹੁੰਦਾ ਹੈ ਕਿ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਹੁਣ ਇਹ ਜਿਹੜੀ ਜ਼ਬਾਨ ਸੀ ਇਹ ਲੋਕਾਂ ਦੀ ਜ਼ਬਾਨ ਬਣ ਗਈ, ਕਿਉਂਕਿ ਰੂਲਰ ਉਹਨਾਂ ਦੀ ਆਪਣੀ ਜ਼ਬਾਨ ਤੁਰਕੀ ਹੋਏ, ਉਸ ਤੋਂ ਪਹਿਲਾਂ ਪਰਸ਼ੀਅਨ ਫਾਰਸੀ ਜਿਹੜੀ ਹੈ ਉਹ ਲੋਕਾਂ ਦੀ ਜਿਹੜੀ ਹੈ ਰਾਜ ਭਾਸ਼ਾ ਸੀ। ਔਰ ਇਸ ਸਾਰੇ 'ਚੋਂ ਇਹ ਲੋਕ 47 ਦੇ ਵਿੱਚ ਵੀ ਕਨਵੀਨੀਅੰਟ ਜ਼ਬਾਨ ਸੀ ਜਿਹੜੀ ਹਿੰਦੁਸਤਾਨੀ, ਔਰ ਉਸ 'ਚੋਂ ਬਹੁਤ ਸਾਰਿਆਂ ਨੇ ਜਿਹੜੀਆਂ ਨੇ ਕਾਵਿ ਰਚਨਾਵਾਂ, ਔਰ ਅਸੀਂ ਜਦੋਂ ਈਵਨ ਇਸ ਹਿੰਦੁਸਤਾਨੀ ਜ਼ਬਾਨ 'ਚ ਜਾਂ ਜਿਸ 'ਚੋਂ ਅੱਗੋਂ ਉਰਦੂ ਜਿਹੜਾ ਗਾਲਬ ਹੋਏ ਜਾਂ ਅਲਾਮਾ ਇਕਬਾਲ, ਹਾਲਾਂਕਿ ਮੋਰ ਗਾਲਬ ਜਾਂ ਅਲਾਮਾ ਇਕਬਾਲ ਦੀਆਂ ਵੀ ਜ਼ਿਆਦਾ ਕੰਪੋਜੀਸ਼ਨਸ ਪਰਸ਼ੀਅਨ ਦੇ ਵਿੱਚ ਨੇ, ਲੇਕਿਨ ਇਹ ਇੱਧਰ ਇਸ ਲਈ ਪਾਪੂਲਰ ਹੋਈਆਂ ਕਿ ਇਹਦੇ 'ਚ ਮਜ਼ਹਬ ਦੀ ਕੰਧ 'ਚੋਂ ਨਿਕਲ ਕੇ ਇਹ ਗੱਲ ਸੀ। ਔਰ ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਮੈਂਸ਼ਨ ਕੀਤਾ ਕਿ ਜਦੋਂ ਨੈਸ਼ਨਲ ਲੈਂਗੁਏਜ ਦੀ ਗੱਲ ਹੋ ਰਹੀ ਸੀ ਤਾਂ ਉਦੋਂ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਦੂਸਰੇ ਜਿਹੜਾ ਹੱਕ ਹੈ ਉਹ ਟੂਵਰਡਸ ਹਿੰਦੁਸਤਾਨੀ ਜਾ ਰਿਹਾ ਸੀ ਜ਼ਬਾਨ ਦੇ, ਲੇਕਿਨ ਬਰਾਬਰ ਜਿਹੀਆਂ ਵੋਟਾਂ ਦੇ ਵਿੱਚ ਗੁਰਮੁਖ ਸਿੰਘ ਮੁਸਾਫਰ ਜਿਹੜਾ ਬਿਲਕੁਲ ਨਹਿਰੂ ਖਾਨਦਾਨ ਦਾ, ਜਿਵੇਂ ਬਾਅਦ 'ਚ ਗਿਆਨੀ ਜ਼ੈਲ ਸਿੰਘ ਟੁਚਾ ਸੀ ਉਹ ਪਹਿਲਾਂ ਬਣਿਆ ਹੋਇਆ ਸੀ, ਉਹਦੀ ਇੱਕ ਵੋਟ ਨੇ ਉਹ ਸਾਰਾ ਕੰਮ ਖਰਾਬ ਕੀਤਾ। ਸੋ ਮੈਂ ਵੇਰਵੇ 'ਚ ਹੋਰ ਨਾ ਜਾਵਾਂ, ਮੈਂ ਕਈ ਵਾਰੀ ਦੇਖਦਾ ਕਿ ਬੰਗਾਲੀਆਂ ਨੂੰ ਮੈਂ ਐਡਮਾਇਰ ਵੀ ਕਰਦਾ ਕਿ ਉਹ ਰਿਸਰਚ ਮਾਈਂਡਡ ਵੀ ਨੇ, ਕਈ ਵਾਰੀ ਉਹ ਓਰੀਜਨਲ ਗੱਲ ਕੱਢ ਕੇ ਲਿਆਉਂਦੇ ਨੇ। ਇੱਕ ਆਰਟੀਕਲ ਜਿਹੜਾ ਮੇਰੀਆਂ ਨਜ਼ਰਾਂ 'ਚ ਗੁਜ਼ਰਿਆ ਗਾਰਗਾ ਚੈਟਰਜੀ ਇਹ ਉਹਨਾਂ ਦਾ ਲਿਖਿਆ ਹੋਇਆ, ਔਰ ਉਹਦੇ 'ਚ ਕਿਹਾ ਵਾਈ ਇੰਪੋਜ਼ਿੰਗ ਹਿੰਦੀ ਔਨ ਆਲ ਇਜ਼ ਐਜ਼ ਬੈਡ ਐਨ ਆਈਡੀਆ ਐਜ਼ ਇਨਸਿਸਟਿੰਗ ਦੈਟ ਇੰਡੀਆ ਇਜ਼ ਏ ਹਿੰਦੂ ਕੰਟਰੀ। ਉਹਨਾਂ ਨੇ ਕਿਹਾ ਵੀ ਇਹ ਚਰਚਾ ਤਾਂ ਇਹਦੇ ਉੱਤੇ ਤਾਂ ਬਹੁਤ ਕੁਛ ਕਿਹਾ ਜਾ ਰਿਹਾ ਕਿ ਜੀ ਇੰਡੀਆ ਹਿੰਦੂ ਕੰਟਰੀ ਬਣਾਇਆ ਜਾ ਰਿਹਾ ਐਂਡ ਔਲ, ਲੇਕਿਨ ਇਹਦੀ ਕੋਈ ਬਹੁਤੀ ਗੱਲ ਨਹੀਂ ਕਰਦਾ
ਕਿ ਕਿਸ ਤਰੀਕੇ ਦੇ ਨਾਲ ਹਿੰਦੀ ਇੰਪੋਜ਼ ਕੀਤੀ ਜਾ ਰਹੀ ਹੈ ਲੋਕਾਂ 'ਤੇ। ਔਰ ਜਦੋਂ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਜੈਨੋਸਾਈਡ ਸਿਰਫ ਬੰਦੇ ਮਾਰਨ ਦਾ ਨਾਂ ਨਹੀਂ ਹੁੰਦਾ, ਜਦੋਂ ਤੁਸੀਂ ਲੋਕਾਂ ਦਾ ਪਹਿਰਾਵਾ ਬਦਲ ਦਿਓ, ਹੁਣ ਜੇ ਸਕੂਲਾਂ ਦੀਆਂ ਯੂਨੀਫਾਰਮਸ ਤੁਸੀਂ ਉਸ ਕਿਸਮ ਦੀਆਂ ਬਣਾ ਦਿਓ, ਸਟੂਡੈਂਟਸ ਦੇ ਸਿਲੇਬਸ ਦੇ ਵਿੱਚ ਤੁਸੀਂ ਲਿਆਓ ਜੀ ਸੂਰਿਆ ਨਮਸਕਾਰ ਕਰਨਾ, ਗਾਇਤਰੀ ਮੰਤਰ ਜਿਹੜਾ ਉਹ ਬੱਚਿਆਂ ਨੇ ਪੜ੍ਹਨਾ ਜੋ ਹਰਿਆਣੇ ਦੇ ਵਿੱਚ ਲਾਗੂ ਕਰ ਦਿੱਤੇ, ਹੁਣ ਕੰਸਟੀਟਿਊਸ਼ਨ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਸਟੇਟ ਸਬਜੈਕਟ ਹੈ, ਪਰ ਸੈਂਟਰ ਨੇ ਹੁਣ ਇੱਕ ਹੋਰ ਸਕੀਮ ਕਿ ਜੀ ਅਸੀਂ ਸਭ ਸ਼ਿਕਸ਼ਾ ਸਭ ਕੋ ਸ਼ਿਕਸ਼ਾ 30,000 ਕਰੋੜ ਰੱਖਿਆ, ਔਰ ਕਿਉਂਕਿ ਉਹ ਸਟੇਟਾਂ ਨੂੰ ਪੈਸਾ ਚਾਹੀਦਾ, ਔਰ ਅਲਟੀਮੇਟਲੀ ਉਹਦੇ ਨਾਲ ਉਹ ਇਕੱਲਾ ਪੈਸਾ ਨਹੀਂ ਆਏਗਾ ਕਿ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ, ਉਹਦੇ ਨਾਲ ਉਹਨਾਂ ਦਾ ਸਿਲੇਬਸ ਵੀ ਆਏਗਾ ਕਿ ਜੀ ਆਲ ਇੰਡੀਆ ਲੈਵਲ ਦੇ ਉੱਤੇ ਇੱਕ ਸਿਲੇਬਸ ਹੋਏ। ਸੋ ਜ਼ਾਹਰ ਹੈ ਕਿ ਉਹ ਬਿਲਕੁਲ ਜਿਵੇਂ ਨਾਜ਼ੀਆਂ ਨੇ ਹੌਲੀ 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 ਬਾਕੀ ਕਲਚਰਸ ਡਾਇਲੈਕਟਸ ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਜਰਮਨ ਜ਼ਬਾਨ ਔਰ ਇੱਕ ਯੂਨੀਫਾਰਮਟੀ ਦੇ ਨਾਂ ਥੱਲੇ, ਨੈਸ਼ਨਲਿਜ਼ਮ ਦੇ ਨਾਂ ਥੱਲੇ ਯੂਨੀਫਾਰਮਟੀ ਕ੍ਰੀਏਟ ਕਰ ਦਿੱਤੀ। ਯੂਨੀਫਾਰਮਟੀ ਦਾ ਮਤਲਬ ਹੁੰਦਾ ਵੀ ਅਕਲੀਅਤਾਂ ਦਾ ਸਫਾਇਆ, ਦੂਸਰੇ ਕਲਚਰਸ ਦਾ ਖਾਤਮਾ, ਔਰ ਇਸੇ ਨੂੰ ਕਲਚਰਲ ਜੈਨੋਸਾਈਡ ਕਹਿੰਦੇ ਨੇ। ਸੋ ਇਹ ਆਰਟੀਕਲ ਇਸ ਦੇ ਕੁਛ ਹਿੱਸੇ ਜਿਹੜੇ ਨੇ ਉਹ ਆਲਰੇਡੀ ਮੈਂ ਆਪਣੀ ਪਹਿਲੀ ਨੈਰੇਸ਼ਨ ਦੇ ਵਿੱਚ ਡਿਸਕਸ ਕਰ ਲਏ ਨੇ, ਪਰ ਉਹਨਾਂ ਨੇ ਆਪਣਾ ਜਿਹੜਾ ਸ਼ੁਰੂ ਕੀਤਾ ਟਰਕਿਸ਼ ਔਥਰ ਮੂਸਾ ਐਂਟਰ ਦੇ ਇੱਕ ਕੋਟ ਦੇ ਨਾਲ, ਇਫ ਮਾਈ ਮਦਰ ਟੰਗ ਇਜ਼ ਸ਼ੇਕਿੰਗ ਦਾ ਫਾਊਂਡੇਸ਼ਨ ਆਫ ਯੂਅਰ ਸਟੇਟ, ਇਟ ਪ੍ਰੋਬੈਬਲੀ ਮੀਨਸ ਦੈਟ ਯੂ ਬਿਲਟ ਯੂਅਰ ਸਟੇਟ ਔਨ ਮਾਈ ਲੈਂਡ, ਕਿ ਜੇ ਮੇਰੀ ਮਾਂ ਬੋਲੀ ਤੁਹਾਡੀ ਸਟੇਟ ਜਾਂ ਤੁਹਾਡੇ ਦੇਸ਼ ਦੀਆਂ ਜੜ੍ਹਾਂ ਨੂੰ ਹਿਲਾ ਰਹੀ ਹੈ ਤਾਂ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਦੇਸ਼ ਮੇਰੀ ਧਰਤੀ ਦੇ ਉੱਤੇ ਬਣਾਇਆ। ਇਹ ਬੜੀ ਖੂਬਸੂਰਤ ਕੋਟ ਹੈ ਜਿਹੜੀ ਦੱਸਦੀ ਹੈ ਕਿ ਇਵੈਂਚੁਅਲੀ ਕਿਵੇਂ ਜਿਹੜੇ ਕਲਚਰ ਡੋਮੀਨੇਟ ਕਰਦੇ ਨੇ ਉਹ ਆਪਣੀ ਪੋਲੀਟੀਕਲ ਪਾਵਰ ਦੇ ਨਾਲ ਆਪਣੀ ਜ਼ਬਾਨ ਆਪਣੀ ਤਹਿਜ਼ੀਬ ਥੋਪਦੇ ਨੇ। ਸੋ ਉਹਦੇ 'ਚ ਇਹਨਾਂ ਨੇ ਫੈਬਰੀ 21 ਤੋਂ ਗੱਲ ਸ਼ੁਰੂ ਕੀਤੀ ਹੈ ਕਿ ਇੰਟਰਨੈਸ਼ਨਲ ਮਦਰ ਲੈਂਗੁਏਜਿਸ ਡੇ ਹੈ। ਫਿਰ ਉਹਨਾਂ ਨੇ ਈਵਨ ਜਿਹੜਾ ਬੰਗਲਾਦੇਸ਼ ਬਣਨ ਦਾ ਕਾਰਨ ਹੈ ਉਹ ਵੀ ਉਹਨਾਂ ਨੇ ਪਾਕਿਸਤਾਨ ਦੀ ਲੈਂਗੁਏਜ ਪੋਲਿਸੀ ਨੂੰ ਦਿੱਤਾ। ਉਹਦੇ 'ਚ ਉਹਨਾਂ ਨੇ ਕਿਹਾ ਕਿ 6 ਸਾਲ ਪਹਿਲਾਂ 1947 ਦੇ 1946 'ਚ ਜਦੋਂ ਪੁੱਛਿਆ ਗਿਆ ਸੀ ਵੋਟਾਂ ਰਾਹੀਂ ਬੰਗੋਲੀਆਂ ਨੇ ਜਿਹੜਾ ਉਹ ਪਾਕਿਸਤਾਨ ਬਣਾਉਣ ਦੇ ਹੱਕ 'ਚ ਮਤਾ ਕੀਤਾ ਸੀ, ਔਰ ਜ਼ਾਹਰ ਹੈ ਕਿ ਬੰਗਲਾਦੇਸ਼ ਈਵਨ ਜਦੋਂ ਇੱਧਰਲਾ ਪੰਜਾਬ ਜਿਹੜਾ ਅਜੇ ਉਹਦੇ 'ਚ ਯੂਨੀਅਨਿਸਟ ਪਾਰਟੀ ਦੀ ਹਕੂਮਤ ਸੀ, ਸਰ ਸਿਕੰਦਰ ਹਯਾਤ ਖਾਨ ਟਿਵਾਣਾ, ਖਿਜਰ ਹਯਾਤ ਖਾਨ ਟਿਵਾਣਾ, ਔਰ ਉਹਨਾਂ ਨੇ ਅਜੇ ਪਾਕਿਸਤਾਨ ਨਹੀਂ ਸੀ ਮੰਨਿਆ, ਲੇਕਿਨ ਬੰਗਾਲੀ ਸਭ ਤੋਂ ਪਹਿਲਾਂ ਸੀ ਪਾਕਿਸਤਾਨ ਦੇ ਮਤੇ ਦੇ ਹੱਕ 'ਚ ਕਰਨ ਵਾਲੇ। ਉਹਨਾਂ ਨੇ ਕਿਹਾ ਪਰ ਜਿਉਂ ਹੀ ਜਿਹੜਾ ਇਹ ਉਰਦੂ ਜ਼ਬਾਨ ਲਾਗੂ ਕੀਤੀ ਗਈ ਔਰ ਇਸ 1952 'ਚ 21 ਫਰਵਰੀ ਨੂੰ ਇਸ ਦੇ ਖਿਲਾਫ਼ ਪ੍ਰੋਟੈਸਟ ਹੋਏ, ਗੋਲੀ ਚੱਲੀ ਬੰਗਾਲੀ, ਕੁਛ ਮਾਰੇ ਗਏ ਸਟੂਡੈਂਟ, ਔਰ ਉਹਨਾਂ ਨੇ ਕਿਹਾ ਕਿ ਵੀ ਉਹ ਇੱਕਦਮ ਜਿਹੜੀ ਬੰਗਲਾਦੇਸ਼ ਦੀ ਨੀਂਹ ਹੈ ਉਹ ਬੇਸ਼ੱਕ 1971 'ਚ ਅੱਡ ਹੋਇਆ, ਲੇਕਿਨ 6 ਸਾਲ ਬਾਅਦ ਹੀ ਰੱਖ ਦਿੱਤੀ ਗਈ ਜਦੋਂ ਕਿ ਬੰਗਾਲੀਆਂ ਨੇ ਦੇਖਿਆ ਕਿ ਉਹਨਾਂ ਦੇ ਉੱਤੇ ਕੋਈ ਹੋਰ ਜ਼ਬਾਨ ਥੋਪੀ ਜਾ ਰਹੀ ਹੈ ਜਿਹੜੀ ਉਹਨਾਂ ਦੀ ਮਦਰ ਟੰਗ ਨਹੀਂ। ਫਿਰ ਉਸ ਨੇ ਇਸ ਲੇਖ ਦੇ ਵਿੱਚ ਚੈਟਰਜੀ ਨੇ ਇਹ ਜ਼ਿਕਰ ਕੀਤਾ ਕਿ ਕਿਵੇਂ 19ਵੀਂ ਸਦੀ ਦੇ ਵਿੱਚ ਜਿਹੜਾ ਹਿੰਦੀ ਨੂੰ ਜਿਹੜੇ ਅਰਬਨ ਐਲੀਥ ਸੀ ਯੂਪੀ ਬਿਹਾਰ ਦੇ ਉਹਨਾਂ ਨੇ ਲਾਗੂ ਕਰਵਾਇਆ, ਔਰ ਇਹ ਜਿਹੜੀ ਇਸ ਦਾ ਹਿੰਦੀ ਦਾ ਲਾਗੂ ਹੋਣ ਦਾ ਸਫ਼ਰ ਰੁਕਿਆ ਇਹ ਤਮਿਲਨਾਡ ਦੇ ਵਿੱਚ ਜਿਹੜਾ ਉਦੋਂ ਮੈਡਰਾਸ ਸੀ ਉਦੋਂ ਇਹ 26-25 ਜਨਵਰੀ 1965 ਨੂੰ ਉਹਨਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਸੀ ਕੰਸਟੀਟਿਊਸ਼ਨਲੀ
ਕਿ ਜੀ ਅਸੀਂ ਹਿੰਦੀ ਨੂੰ ਸਾਰੇ ਦੇਸ਼ ਦੀ ਭਾਸ਼ਾ ਬਣਾ ਦੇਵਾਂਗੇ। ਔਰ ਇਹ ਉਹ ਪੀਰੀਅਡ ਸੀ ਕਿ ਬਈ ਤਮਿਲਨਾਡੂ ਦੇ ਵਿੱਚ ਪ੍ਰੋਟੈਸਟ ਹੋਏ, ਗੋਲੀ ਚੱਲੀ, 63 ਪ੍ਰੋਟੈਸਟਰ ਮਾਰੇ ਗਏ ਜਿਹੜੇ ਬਿਲਕੁਲ ਤਮਿਲ ਤੋਂ ਬਿਨਾਂ ਕੋਈ ਹੋਰ ਜ਼ਬਾਨ ਨਹੀਂ ਸੀ ਚਾਹੁੰਦੇ। ਹਾਲਾਂ ਅਨਆਫੀਸ਼ੀਅਲ ਅਕਾਊਂਟ ਸੀ ਵੀ ਸੈਂਕੜਿਆ ਮਾਰੇ ਗਏ, ਲੇਕਿਨ ਇਸ ਗੱਲ ਨੇ ਨਾ ਸਿਰਫ ਹਿੰਦੀ ਨੂੰ ਰੋਕ ਦਿੱਤਾ ਉਹਦੀਆਂ ਬਰੂਹਾਂ 'ਤੇ ਤਮਿਲਨਾਡੂ ਦੇ, ਬਲਕਿ ਉਸ ਤੋਂ ਬਾਅਦ ਕੋਈ ਵੀ ਪਾਰਟੀ ਸੈਂਟਰ ਦੀ, ਉਦੋਂ ਕਾਂਗਰਸ ਦੀ ਹਕੂਮਤ ਸੀ ਜਦੋਂ ਇਹ ਉਹਨਾਂ ਦੇ ਪ੍ਰੋਟੈਸਟ ਦੇ ਉੱਤੇ ਗੋਲੀ ਚੱਲੀ, ਉਸ ਤੋਂ ਬਾਅਦ ਦਰਾਵੜ ਮੁਨੇਤਰ ਕਜਗਮ ਦੀ ਮੂਵਮੈਂਟ, ਉਹ ਭਾਵੇਂ ਕਰੁਣਾਨਿਧੀ ਹੋਏ, ਜੈਲਲਿਤਾ ਹੋਏ, ਪਰ ਕਾਂਗਰਸ, ਬੀਜੇਪੀ ਜਾਂ ਕੋਈ ਵੀ ਕਮਿਊਨਿਸਟ, ਕੋਈ ਨੈਸ਼ਨਲ ਪਾਰਟੀ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਤਮਿਲਨਾਡੂ ਚਲ ਗਿਆ ਆਫਰੀ ਨੇ। ਮੈਂ ਸਮਝਦਾ ਜਿਵੇਂ ਪਿਛਲੇ ਦਿਨਾਂ 'ਚ ਇੱਕ ਡਿਸਕਸ਼ਨ ਹੋ ਰਹੀ ਸੀ ਕਿ ਕਾਂਗਰਸ ਨੇ ਕੀ ਕੁਛ ਨਹੀਂ ਕੀਤਾ ਸਿੱਖਾਂ ਦੇ ਨਾਲ, ਸਾਡੇ ਸਭ ਤੋਂ ਪਵਿੱਤਰ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਪੂਰੀ ਦੀ ਪੂਰੀ ਨਸਲਕੁਸ਼ੀ, ਅਤੇ ਅਸੀਂ ਕਦੇ ਬੀਜੇਪੀ ਨੂੰ ਤਾਕਤ 'ਚ ਲੈ ਆਉਂਦੇ ਹਾਂ, ਕਦੇ ਕਾਂਗਰਸ ਨੂੰ, ਆ ਬੈਠਾ ਕੈਪਟਨ ਅਮਰਿੰਦਰ ਸਿੰਘ ਹਲਕਾਇਆ ਹੋਇਆ ਬਿਲਕੁਲ, ਔਰ ਉਹਨੂੰ ਲੈ ਆਉਂਦਾ, ਲੇਕਿਨ ਆਫਰੀਨ ਹੈ ਤਾਮਿਲ ਲੋਕਾਂ 'ਤੇ ਕਿ ਇਹਨਾਂ ਨੇ 1960 ਤੋਂ ਬਾਅਦ ਪਿਛਲੀ ਅੱਧੀ ਸਦੀ ਲੰਘ ਗਈ ਹੈ, ਕੋਈ ਨੈਸ਼ਨਲ ਪਾਰਟੀ ਜਿਹੜੀ ਹੈ ਉਹ ਤਮਿਲਨਾਡੂ ਦੇ ਵਿੱਚ ਕਾਮਯਾਬ ਨਹੀਂ ਹੋਣ ਦਿੱਤੀ। ਔਰ ਇਹੀ ਰੁਝਾਨ 1956 ਦੇ ਵਿੱਚ ਤੇਲਗੂ ਦੇ ਵਿੱਚ ਹੋਇਆ, ਉਸ ਵੇਲੇ ਇੱਕ ਪਾਸੇ ਜਨਸੰਘੀ ਮੂਵਮੈਂਟ ਚਲਾ ਰਹੇ ਸੀ ਯੂਪੀ ਬਿਹਾਰ 'ਚ ਅੰਗਰੇਜ਼ੀ ਦੇ ਖਿਲਾਫ, ਔਰ ਤੇਲਗੂ ਵਾਲਿਆਂ ਨੇ ਆਪਣਾ ਜਿਹੜਾ ਇਹ ਸਾਰੇ ਦੇ ਖਿਲਾਫ ਗੱਲ ਚੁੱਕੀ, ਔਰ ਅੱਜ ਜਿਵੇਂ ਮੈਂ ਕਿਹਾ ਕਿ ਵੀ ਉਹ ਕਰਨਾਟਕਾ ਹੋਏ, ਤੇਲਗੂ ਹੋਏ, ਉਹ ਵੀ ਹਿੰਦੀ ਦੇ ਖਿਲਾਫ, ਭਾਵੇਂ ਨੈਸ਼ਨਲ ਹਾਈਵੇ 'ਤੇ ਹੀ ਉਹ ਬੋਰਡ ਲਗਾਉਣਾ ਚਾਹੁਣ, ਉਸ ਦਾ ਵਿਰੋਧ ਕਰਦੇ ਨੇ। ਸ਼੍ਰੀਲੰਕਾ 'ਚ ਹੁਣ, ਸ਼੍ਰੀਲੰਕਾ 'ਚ ਬਹੁਤ ਘੱਟ ਨੂੰ ਪਤਾ ਹੈ ਕਿ ਵੀ ਜਿਹੜੀ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਮਿਲ ਏਲਮ ਦੀ ਮੂਵਮੈਂਟ, ਜਿਸ ਨੂੰ ਹਿੰਦੂ ਤਾਮਿਲ ਲੀਡ ਕਰ ਰਹੇ ਸੀ, ਉਸ ਦਾ ਬੇਸ ਵੀ ਇਹ ਸੀ ਕਿ ਉੱਥੇ ਸਿਹਾਲਾ ਮੈਜੋਰਿਟੀ ਹੈ ਜਿਹੜੇ ਬੁੱਧ ਧਰਮ 'ਚ ਯਕੀਨ ਰੱਖਦੇ ਨੇ, ਉਹ ਆਪਣੀ ਸਿਹਾਲੀ ਜ਼ਬਾਨ ਲਾਗੂ ਕਰ ਰਹੇ ਸੀ ਔਰ ਤਾਮਿਲ ਨੂੰ ਕੋਈ ਸਪੇਸ ਨਹੀਂ ਸੀ ਛੱਡ ਰਹੇ। ਉੱਥੋਂ ਉਹਨਾਂ ਦੀ ਸੈਪਰੇਸ਼ਨ ਦੀ ਮੂਵਮੈਂਟ ਸ਼ੁਰੂ ਹੋਈ ਹਲ, ਜਿਹਦੇ 'ਚ 60-70 ਹਜ਼ਾਰ ਬੰਦਾ ਮਾਰਿਆ ਗਿਆ, ਐਂਡ ਇਵੈਂਚੁਅਲੀ ਭਾਵੇਂ ਸਿਹਾਲੀ ਕਾਮਯਾਬ ਹੋਏ ਉਹਨਾਂ ਨੂੰ ਕ੍ਰਸ਼ ਕਰਨ, ਪਰ ਇਹ ਮੂਵਮੈਂਟਸ ਜਿਹੜੀਆਂ ਨੇ ਇਸ ਕਿਸਮ ਦੀਆਂ, ਇਹ ਕ੍ਰਸ਼ ਨਹੀਂ ਹੁੰਦੀਆਂ। ਇੱਕ ਅੱਧੀ ਜਨਰੇਸ਼ਨ ਜਦੋਂ ਹਾਰ ਵੀ ਜਾਂਦੀ ਹੈ, ਕੋਈ ਹੋਰ ਅਗਲੀ ਜਨਰੇਸ਼ਨ 'ਚੋਂ ਉਸ ਗੱਲ ਨੂੰ ਚੁੱਕ ਲੈਂਦੇ। ਔਰ ਇਹੀ ਜੇ ਈਵਨ ਅਸੀਂ ਅਸਾਮ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਹੈ, ਜਦੋਂ ਅਸਾਮੀ ਲਾਗੂ ਕਰਨ ਦੀ ਗੱਲ ਹੋਈ, ਇੱਕ ਦੋ ਜ਼ਿਲ੍ਹੇ ਨੇ ਅਸਾਮ ਦੇ ਬੰਗਲਾ ਬੋਲਣ ਵਾਲੇ, ਉਹਨਾਂ ਨੇ ਰਿਵੋਲਟ ਕਰ ਦਿੱਤਾ ਔਰ ਉਹਨਾਂ ਨੂੰ ਬੰਗਲਾ ਜ਼ਬਾਨ ਜਿਹੜੀ ਹੈ ਉਹ ਮੰਨਣੀ ਪਈ ਉੱਥੇ। ਇਸੇ ਤਰ੍ਹਾਂ ਤ੍ਰਿਪੁਰਾ ਦੇ ਵਿੱਚ, ਜਿੱਥੇ ਕਿ ਬੰਗਾਲੀ ਹਿੰਦੂ ਮੈਜੋਰਿਟੀ 'ਚ ਨੇ, ਉੱਥੇ ਉਹਨਾਂ ਨੇ ਬੰਗਲਾ ਲਾਗੂ ਕਰਨੀ ਚਾਹੀ, ਅਤੇ ਲੋਕਲ ਜਿਹੜੇ ਟ੍ਰਾਈਬਲ ਨੇ ਉਹਨਾਂ ਨੇ ਜਿਹੜਾ ਇਸ ਦੇ ਖਿਲਾਫ ਰਿਵੋਲਟ ਕੀਤਾ। 47 ਤੋਂ ਪਹਿਲਾਂ ਉੜੀਆ ਅਤੇ ਅਸਾਮੀ, ਕਿਉਂਕਿ ਜਦੋਂ ਅਸੀਂ ਬੰਗਾਲ ਕਹਿੰਦੇ ਹਾਂ ਇੱਕ ਜ਼ਮਾਨੇ 'ਚ, ਅੱਜ ਦਾ ਵੈਸਟ ਬੰਗਾਲ, ਅੱਜ ਦਾ ਉੜੀਸਾ ਔਰ ਬਿਹਾਰ, ਇਹ ਬੰਗਾਲ ਪ੍ਰੋਵਿੰਸ ਦਾ ਹਿੱਸਾ ਸੀ ਔਰ ਆਸਾਮ ਜਿਹੜਾ ਹੈ ਬੰਗਾਲ ਦਾ ਹਿੱਸਾ ਸੀ, ਔਰ ਬੰਗਾਲੀ ਜਿਹੜੇ ਨੇ ਉਹਨਾਂ 'ਚ ਵੀ ਸੀ ਕਿ ਜੀ ਉੜੀਆ ਅਤੇ ਅਸਾਮੀ ਸਾਡੇ ਡਾਇਲੈਕਟ ਨੇ, ਪਰ ਫਿਰ ਉੜੀਸਾ 'ਚ ਵੀ ਅਸਾਮ 'ਚ ਵੀ ਮੂਵਮੈਂਟ ਚੱਲੀ ਕਿ ਵੀ ਨਹੀਂ, ਸਾਡੀ ਆਪਣੀ ਅੱਡ ਜ਼ਬਾਨ ਹੈ, ਬੇਸ਼ੱਕ ਬੰਗਲਾ ਦੇ ਕੁਛ ਲਫ਼ਜ਼ ਸਾਡੇ 'ਚ ਹੋਣਗੇ। ਸੋ ਅੱਜ ਉੜੀਆ ਵੀ ਐਜ਼ ਏ ਲੈਂਗੁਏਜ ਰੈਕਗਨਾਈਜ਼ਡ ਹੈ, ਅਸਾਮੀ ਵੀ ਐਜ਼ ਏ ਲੈਂਗੁਏਜ ਰੈਕਗਨਾਈਜ਼ ਹੈ, ਔਰ ਈਵਨ ਬੰਗਲਾਦੇਸ਼ ਦੇ ਵਿੱਚ ਵੀ ਇਹ ਪ੍ਰੋਬਲਮ ਆਈ ਜਦੋਂ ਕਿ ਜਿਹੜਾ ਚਕਮਾ ਟ੍ਰਾਈਬ ਹੈ ਉਹਨਾਂ ਦੇ ਉੱਤੇ ਉਹਨਾਂ ਨੇ ਬੰਗਲਾ ਲੱਦਣੀ ਚਾਹੀ, ਤਾਂ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਚਕਮਾ ਔਰ ਚਿਟਾਗੋਂਗ ਦੋਨੋਂ ਥਾਵਾਂ 'ਤੇ, ਉਹਨਾਂ ਨੇ ਕਿਹਾ ਜੀ ਬੰਗਲਾ ਸਾਡੀ ਜ਼ਬਾਨ ਨਹੀਂ। ਸੋ ਇਸੇ ਤਰ੍ਹਾਂ ਇਸ ਆਰਟੀਕਲ 'ਚ ਬੜੀ ਡੀਟੇਲ 'ਚ ਉਹਨਾਂ ਨੇ, ਕਿਉਂਕਿ ਇਹ ਡੀਟੇਲਸ ਕਦੇ ਬਾਹਰ ਆਉਂਦੀਆਂ ਨਹੀਂ, ਝਾਰਖੰਡ ਔਰ ਛੱਤੀਸਗੜ੍ਹ, ਹੁਣ ਝਾਰਖੰਡ ਜਦੋਂ
ਸੂਬਾ ਬਣਿਆ ਤੇ ਸਾਨੂੰ ਲੱਗਾ ਝਾੜ ਝਾੜੀ ਨੂੰ ਕਹਿੰਦੇ ਨੇ ਬੁਸ਼ ਨੂੰ, ਪੀਪਲ ਆਫ ਦਾ ਬੁਸ਼ ਕਿ ਜੀ ਚਲੋ ਜਿਹੜੇ ਟ੍ਰਾਈਬਲ ਲੋਕ ਨੇ ਆਦਿਵਾਸੀ ਉਹਨਾਂ ਨੂੰ ਇੱਕ ਥਾਂ ਮਿਲ ਗਈ ਜਿੱਥੇ ਕਿ ਉਹ ਮੈਜੋਰਟੀ 'ਚ ਨੇ। ਪਰ ਮਿਸਟਰ ਚੈਟਰਜੀ ਇਹ ਦੱਸਦੇ ਨੇ ਕਿ ਝਾਰਖੰਡ ਦੀਆਂ ਬਾਉਂਡਰੀਜ਼ ਇਸ ਤਰੀਕੇ ਨਾਲ ਬਣਾਈਆਂ ਗਈਆਂ ਕਿ ਜਿਹੜੇ ਉੱਥੇ ਸੈਟਲਰ ਲੋਕ ਨੇ ਉਹ ਮੈਜੋਰਟੀ 'ਚ ਨੇ, ਔਰ ਜਿਹੜੇ ਟ੍ਰਾਈਬਲ ਸੀ ਆਦਿਵਾਸੀ ਉਹਨਾਂ ਦੀ ਜ਼ਬਾਨ ਵੀ ਔਰ ਦੂਜੀ ਵੀ ਉਸਨੂੰ ਇਗਨੋਰ ਕਰਕੇ ਝਾਰਖੰਡ ਦੇ ਵਿੱਚ ਵੀ ਆਫੀਸ਼ੀਅਲ ਲੈਂਗੁਏਜ ਹਿੰਦੀ ਲਾਗੂ ਕੀਤੀ ਗਈ ਹੈ। ਫਿਰ ਇਸੇ ਤਰ੍ਹਾਂ ਛੱਤੀਸਗੜ੍ਹ 'ਚ ਜਿੱਥੇ ਕਿ ਗੋਂਦੀ ਡਾਇਲੈਕਟ ਬੋਲਣ ਵਾਲੇ ਕਬੀਲੇ ਨੇ ਔਰ ਇਹ ਮਾਓਵਾਦੀਆਂ ਦਾ ਗੜ੍ਹ ਵੀ ਹੈ, ਉੱਥੇ ਵੀ ਜਿਹੜੀ ਆਫੀਸ਼ੀਅਲ ਲੈਂਗੁਏਜ ਆ ਉਹਨਾਂ ਨੇ ਹਿੰਦੀ ਲਾਗੂ ਕੀਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਰਾ ਕੁਛ ਹੀ ਹਿੰਦੀ ਬੈਲਟ ਦੇ ਵਿੱਚ ਚੱਲ ਰਿਹਾ, ਇਹ ਬਿਲਕੁਲ ਉਸ ਹਿੰਦੀ ਡੋਮੀਨੈਂਸ ਦੇ ਥੱਲੇ, ਇਨਫੈਕਟ ਇਹ ਲੈਂਗੁਏਜ ਨੂੰ ਆਧਾਰ ਬਣਾ ਕੇ ਜੈਨੋਸਾਈਡ ਹੈ ਲੋਕਾਂ ਦਾ। ਕਿਉਂਕਿ ਜਦੋਂ ਤੁਸੀਂ ਜ਼ਬਾਨ ਨਾਲੋਂ ਟੁੱਟ ਜਾਂਦੇ ਹੋ, ਉਹ ਛੱਤੀਸਗੜ੍ਹ ਦੇ ਹੋਣ, ਝਾਰਖੰਡ ਦੇ ਹੋਣ, ਜਾਂ ਪੰਜਾਬ ਦੇ ਵਿੱਚ ਬੜੇ ਮਿੱਠੇ ਤਰੀਕੇ ਦੇ ਨਾਲ ਉਹ ਚੱਲ ਰਿਹਾ, ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਸਾਡੀ ਜ਼ਬਾਨ ਔਰ ਸਾਡਾ ਸਭ ਕੁਛ ਕਿਵੇਂ ਜਿਹੜਾ ਉੱਡਦਾ ਜਾ ਰਿਹਾ ਔਰ ਇਸ ਨੂੰ ਕਿਵੇਂ ਡਿਸਟਰੋਏ ਕੀਤਾ ਜਾ ਰਿਹਾ। ਔਰ ਇਹ ਐਂਡ ਦੇ ਵਿੱਚ ਉਹਨਾਂ ਨੇ ਲਿੰਗਵਿਸਟਿਕ ਰਾਈਟਸ ਦੇ ਥੱਲੇ ਕਿਹਾ, ਆਲ ਥਰੂ ਵਟ ਇਜ਼ ਐਰੋਨੀਅਸਲੀ ਕਾਲਡ ਦਾ ਹਿੰਦੀ ਬੈਲਟ, ਮਲਟੀਪਲ ਲੈਂਗੁਏਜ ਮੂਵਮੈਂਟਸ ਆਰ ਬਰੂਇੰਗ, ਈਚ ਵਾਂਟਿੰਗ ਦੇਅਰ ਓਨ ਆਈਡੈਂਟੀ ਐਂਡ ਸਟੋਪਿੰਗ ਦੇਅਰ ਐਨੀਮਰੇਸ਼ਨ ਐਜ ਹਿੰਦੀ ਸਪੀਕਰ। ਉਹਨਾਂ ਨੇ ਕਿਹਾ ਜੀ ਇਹ ਭਾਵੇਂ ਹਿੰਦੀ ਸਪੀਕਰ ਕਹੀ ਜਾਣ, ਉੱਥੇ ਇਹ ਮੂਵਮੈਂਟਸ ਖੜੀਆਂ ਹੋ ਰਹੀਆਂ ਨੇ, ਉਹ ਆਪਣੇ ਆਪਣੀ ਜ਼ਬਾਨ ਦੇ ਲਈ ਲੋਕ ਖਲੋ ਰਹੇ ਨੇ, ਭੋਜਪੁਰੀ ਐਂਡ ਰਾਜਸਥਾਨੀ ਲੈਂਗੁਏਜ ਮੂਵਮੈਂਟਸ ਆਰ ਐਟ ਦਾ ਫੋਰ ਫਰੰਟ ਆਫ ਦੀਜ਼ ਡਿਮਾਂਡਸ, ਕਿ ਉਹਨਾਂ ਨੇ ਹੁਣ ਮੰਗ ਕਰਨੀ ਸ਼ੁਰੂ ਕਰਤੀ ਭੋਜਪੁਰੀ, ਕਹਿੰਦੇ ਨੇ ਸਾਡੀ ਭੋਜਪੁਰੀ ਜ਼ਬਾਨ ਹੈ, ਅਸੀਂ ਹਿੰਦੀ ਨਹੀਂ, ਔਰ ਉਹ ਆਪਣੇ ਹੱਕ ਮੰਗ ਰਹੇ ਨੇ। ਦ ਰੀਸੈਂਟ ਚੇਨਾਈ ਡੈਕਲਾਰੇਸ਼ਨ ਆਫ ਲੈਂਗੁਏਜ ਰਾਈਟਸ ਹੈਜ਼ ਬਿਕਮ ਐਨ ਇੰਪੋਰਟੈਂਟ ਡਾਕੂਮੈਂਟ ਬ੍ਰਿੰਗਿੰਗ ਓਪਰੈਸਡ ਲਿੰਗੁਇਸਟਿਕ ਕਮਿਊਨਿਟੀਜ਼ ਟੁਗੈਦਰ, ਕਿ ਚੇਨਾਈ ਡੈਕਲਾਰੇਸ਼ਨ ਜਿੰਨੀਆਂ ਦਬੀਆਂ ਕੁਚਲੇ ਨੇ ਉਹ ਆਪਣੀ ਅੱਡ ਗੱਲ ਕਰ ਰਹੇ ਨੇ। ਲੈਂਗੁਏਜ ਮੂਵਮੈਂਟਸ ਆਰ ਨਾਓ ਆਲਸੋ ਕੰਡਕਟਿਡ ਇਨ ਸਾਈਬਰ ਸਪੇਸ, ਦਾ ਹੈਸ਼ਟੈਗ ਸਟੋਪ ਹਿੰਦੀ ਇੰਪੋਜ਼ਿਸ਼ਨ ਟ੍ਰੈਂਡਿਡ ਔਨ August 15, 2015 ਡਿਊਰਿੰਗ ਮੋਦੀਜ਼ ਰੈੱਡ ਫੋਰਟ ਸਪੀਚ ਇਨ ਹਿੰਦੀ, ਦਾ ਇੰਡੀਅਨ ਯੂਨੀਅਨ ਹੈਜ਼ ਸਕਸੈਸਫੁਲੀ ਵਾਈਪਡ ਆਊਟ 220 ਲੈਂਗੁਏਜਿਸ ਇਨ ਦਾ ਲਾਸਟ 50 ਈਅਰਸ। ਇਹ ਗੱਲ ਤਾਂ ਮੈਨੂੰ ਨਹੀਂ ਸੀ ਪਤਾ ਕਿ ਪਿਛਲੇ 50 ਸਾਲ 'ਚ ਜਿਹੜੀ ਇੰਡੀਅਨ ਯੂਨੀਅਨ ਗੌਰਮੈਂਟ ਹੈ ਉਹਨੇ 220 ਜ਼ਬਾਨਾਂ ਜਿਹੜੀਆਂ ਨੇ ਉਹ ਖਤਮ ਕਰ ਦਿੱਤੀਆਂ ਨੇ, ਉਹਨਾਂ ਦਾ ਬਿਲਕੁਲ ਭੋਗ ਪਾ ਦਿੱਤਾ। ਔਰ ਆਲਮੋਸਟ ਆਲ ਨੇਸ਼ਨ ਸਟੇਟ ਐਂਟੀਟੀਜ਼ ਇਨ ਸਾਊਥ ਏਸ਼ੀਆ ਹੈਵ ਇੰਪੋਜ਼ਡ ਦੇਅਰ ਲੈਂਗੁਏਜ ਆਫ ਚੋਇਸ ਔਨ ਦਾ ਰੈਸਟ ਅੰਡਰ ਵੇਰੀਅਸ ਗਾਬਸ ਲਾਈਕ ਨੈਸ਼ਨਲ, ਆਫੀਸ਼ੀਅਲ, ਲਿੰਕ ਲੈਂਗੁਏਜਿਸ। ਸੈਂਟਰਲ ਗਵਰਨਮੈਂਟਸ ਹੈਵ ਟ੍ਰੀਟਿਡ ਐਂਗਜ਼ਾਇਟੀਜ਼ ਓਵਰ ਨੈਸ਼ਨਲ ਯੂਨਿਟੀ ਬਾਈ ਪ੍ਰਮੋਟਿੰਗ ਐਂਡ ਐਕਸਪੈਂਡਿੰਗ ਦਾ ਇੰਪੋਜ਼ਿਸ਼ਨ ਆਫ ਦੇਅਰ ਚੋਜ਼ਨ ਲੈਂਗੁਏਜਿਸ, ਬਟ ਦੋਜ਼ ਹੂ ਹੈਵ ਏ ਪ੍ਰੋਬਲਮ ਵਿਦ ਇਕੁਅਲ ਲਿੰਗੁਇਸਟਿਕ ਰਾਈਟਸ ਐਂਡ ਸਪੋਰਟ ਦਾ ਪ੍ਰੈਫਰੈਂਸ਼ੀਅਲ ਇੰਪੋਜ਼ਿਸ਼ਨ ਆਫ ਵਨ ਲੈਂਗੁਏਜ ਓਵਰ ਦਾ ਅਦਰ ਪੀਪਲ ਅੰਡਰ ਦਾ ਸਪੈਸ਼ੀਅਸ ਆਰਗੂਮੈਂਟ ਆਫ ਬਿਲਡਿੰਗ ਯੂਨਿਟੀ ਐਕਚੁਅਲੀ ਹੈਵ ਏ ਪ੍ਰੋਬਲਮ ਵਿਦ ਡਾਈਵਰਸਿਟੀ, ਡਿਗਨਿਟੀ ਐਂਡ ਇਕੁਅਲ ਰਾਈਟਸ। ਉਹਨੇ ਕਿਹਾ ਜਿਹੜੀ ਇਹ ਇੱਕ ਜ਼ਬਾਨ ਥੋਪ ਰਹੇ ਨੇ, ਇਹਨਾਂ ਦੀ ਅਸਲ ਪ੍ਰੋਬਲਮ ਇਹ ਹੈ ਕਿ ਇਹ ਨਾ ਡਾਈਵਰਸਿਟੀ ਚਾਹੁੰਦੇ ਨੇ, ਅੱਡ ਅੱਡ ਪਲੂਰਲਿਜ਼ਮ, ਨਾ ਹੀ ਡਿਗਨਿਟੀ ਲੋਕਾਂ ਨੂੰ ਜਿਹੜੇ ਬੋਲੀ ਬੋਲਣ ਵਾਲੇ ਨੇ ਉਹਨਾਂ ਨੂੰ ਸਵੈਮਾਨ ਨਹੀਂ ਦੇਣਾ ਚਾਹੁੰਦੇ ਔਰ ਬਰਾਬਰੀ ਦੇ ਹੱਕ ਨਹੀਂ ਦੇਣਾ ਚਾਹੁੰਦੇ। ਸੋ ਉਹਨਾਂ ਨੇ ਕਿਹਾ ਵੀ ਇਸੇ ਲਈ February 21 ਦਾ ਦਿਨ ਰੱਖਿਆ ਗਿਆ ਸੀ ਕਿ ਇਹ ਜਿਹੜਾ ਇਸ ਦਾ ਦਿਨ ਹੋਏ। ਔਰ ਇਸ ਸਾਰੇ 'ਚੋਂ ਮੈਂ ਦੇਖਦਾ ਕਿ ਜਿੱਥੇ ਇਸ ਆਰਟੀਕਲ 'ਚ ਉਹਨਾਂ ਨੇ ਆਰਟੀਕੂਲੇਟ ਕੀਤਾ, ਜਦੋਂ ਪੰਜਾਬ ਅਸੈਂਬਲੀ ਦਾ ਸੈਸ਼ਨ ਚੱਲ ਰਿਹਾ, ਤੁਸੀਂ ਕੰਟੈਂਪਟ ਦੇਖੋ ਪੰਜਾਬੀ ਜ਼ਬਾਨ ਲਈ ਕੀ ਹੈ, ਗਵਰਨਰ ਜਿਹੜਾ ਉਹ ਆ ਕੇ ਹਿੰਦੀ ਅੰਗਰੇਜ਼ੀ ਦੇ ਵਿੱਚ ਐਡਰੈਸ ਕਰ ਰਿਹਾ। ਚਲੋ ਉਹਨੇ ਆਪਣਾ ਹਿੰਦੂਤਵਾ ਦਿਖਾਇਆ
ਕੈਪਟਨ ਅਮਰਿੰਦਰ ਸਿੰਘ ਜਿਹੜਾ ਉਹ ਅਸੈਂਬਲੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਬੋਲ ਰਿਹਾ ਔਰ ਦੋਵੇਂ ਬੈਂਸ ਬ੍ਰਦਰਸ, ਮੈਨੂੰ ਨਹੀਂ ਪਤਾ ਉਹਨਾਂ ਦਾ ਅਦਰਵਾਈਜ਼ ਪਿਛੋਕੜ ਕੀ ਹੈ, ਪਰ ਮੈਂ ਦੇਖਦਾ ਹਾਂ ਵੀ ਜਿੱਥੇ ਵੀ ਕੋਈ ਅਣਖ ਵਾਲੇ ਇਸ਼ੂ ਹੁੰਦੇ ਨੇ, ਪੰਜਾਬੀ ਜ਼ਬਾਨ ਦਾ ਹੋਏ, ਸਿੱਖਾਂ ਦਾ ਹੋਏ, ਪੰਜਾਬ ਦੇ ਹੱਕਾਂ ਦਾ ਹੋਏ, ਬੈਂਸ ਭਰਾਵਾਂ ਨੇ ਜਿਹੜਾ ਇਸ ਮੁੱਦੇ 'ਤੇ ਜਿਉਂ ਹੀ ਅਮਰਿੰਦਰ ਸਿੰਘ ਅੰਗਰੇਜ਼ੀ 'ਚ ਬੋਲਣ ਲੱਗਾ ਉਹ ਖੜ੍ਹੇ ਹੋ ਕੇ ਕਿਹਾ ਵੀ ਤੂੰ ਪੰਜਾਬੀ ਸੂਬੇ ਦਾ ਚੀਫ ਮਿਨਿਸਟਰ ਹੈ, ਪੰਜਾਬੀ 'ਚ ਬੋਲ, ਔਰ ਉਹ ਵਾਕਆਊਟ ਕਰ ਗਏ। ਔਰ ਦੇਖਣ ਵਾਲੀ ਗੱਲ ਇਹ ਹੈ ਵੀ ਉਹ ਅਕਾਲੀ ਦਲ ਜਿਨ੍ਹਾਂ ਨੇ ਸਿੱਖਾਂ ਨੂੰ ਜੇਲ੍ਹਾਂ 'ਚ ਭਿਜਵਾਇਆ, 60,000 ਜੇਲ੍ਹਾਂ 'ਚ ਗਏ, ਦਰਜਨਾ ਮਰੇ, ਪੰਜਾਬੀ ਸੂਬੇ ਦਾ ਮੋਰਚਾ ਲਾਇਆ, ਉਹ ਬੇਸ਼ਰਮੀ ਦੇ ਨਾਲ ਬੈਠੇ ਰਹੇ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੋਈ। ਔਰ ਇਹੀ ਗੱਲ ਆਮ ਆਦਮੀ ਪਾਰਟੀ ਦੀ, ਹੁਣ ਅਦਰਵਾਈਜ਼ ਹਰ ਚੌਥੇ ਦਿਨ ਬਿਆਨਬਾਜ਼ੀਆਂ ਕਰਦੇ ਨੇ, ਇਹਨਾਂ ਨੂੰ ਇਹ ਨਜ਼ਰ ਨਹੀਂ ਆਉਂਦਾ ਹੈ ਵੀ ਇੱਕ ਪਾਸੇ ਉਹ ਦਿੱਲੀ 'ਚ ਹਿੰਦੂਤਵਾ ਦਾ ਜਿਹੜਾ ਉਹ ਤ੍ਰਿਸ਼ੂਲ ਲੈ ਕੇ ਬੈਠੇ ਅਤੇ ਪੰਜਾਬ 'ਚ ਜਿਹੜਾ ਮਾੜਾ ਮੋਟਾ ਪਾਰਟ ਹੈ, ਔਰ ਅਮਰਿੰਦਰ ਸਿੰਘ ਉੱਥੇ ਬੜੇ ਧੜੱਲੇ ਨਾਲ ਕਹਿ ਰਿਹਾ ਖਲੋ ਕੇ ਅਸੈਂਬਲੀ ਦੇ ਵਿੱਚ ਕਿ ਜੀ ਅਸੀਂ ਸੈਕੰਡਰੀ ਲੈਵਲ ਦੇ ਉੱਤੇ ਮੈਂਡਰਿਨ, ਚੀਨੀਆਂ ਦੀ ਜ਼ਬਾਨ ਔਰ ਫਰੈਂਚ ਔਰ ਇਟੈਲੀਅਨ, ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਇੱਕੋ ਜ਼ਬਾਨ ਦਾ, ਅਸੀਂ ਇਹ ਵੀ ਜਿਹੜੀ ਹੈ ਸਕੂਲਾਂ 'ਚ ਲਾਗੂ ਕਰਾਂਗੇ। ਤੁਸੀਂ ਚੱਜ ਨਾਲ ਜਿਹੜੇ ਸਕੂਲ ਜਿਹੜੇ ਵਿਚਾਰੇ ਉਹ ਨੱਕ ਪੂੰਝਦੇ ਬੱਚਿਆਂ ਨੂੰ, ਜੋ ਹਾਲ ਸਕੂਲਾਂ ਦਾ ਜਾਂ ਸਟੈਂਡਰਡ ਦਾ, ਕਿਹੜੀ ਮੈਂਡਰਿਨ ਅਤੇ ਕਿਹੜੀ ਫਰੈਂਚ ਤੁਸੀਂ ਉਹਨਾਂ ਨੂੰ ਪੜ੍ਹਾਉਣਾ, ਜਿਹਨਾਂ 'ਚ ਆਪਣਾ ਓਵਰਆਲ ਹਾਲ ਦੇਖੋ ਕੀ ਹੈ, ਜਦੋਂ ਟੀਚਰਸ ਦਾ ਹਾਲ ਕੀ ਹੈ, ਸਟੂਡੈਂਟਸ ਦਾ ਹਾਲ ਕੀ ਹੈ। ਪਰ ਇਹ ਹੈ ਜਿਹਨੂੰ ਅਸੀਂ ਕਲਚਰਲ ਐਸਿਮੀਲੇਸ਼ਨ ਕਹਿੰਦੇ ਹਾਂ ਕਿ ਵੀ ਕਿਵੇਂ ਧੜੱਲੇ ਨਾਲ, ਔਰ ਇਹ ਬੜੇ ਧੜੱਲੇ ਨਾਲ ਕਹਿੰਦਾ ਜੀ ਮੈਂ ਤਾਂ ਹੱਕੀ 'ਚ ਨਹੀਂ ਸੀ ਪੰਜਾਬੀ ਜ਼ਬਾਨ 'ਤੇ ਅਧਾਰਿਤ ਸੂਬਾ ਬਣਾਉਣ ਦਾ, ਇਹ ਬਿਲਕੁਲ ਬਹੁਤ ਵੱਡੀ ਗਲਤੀ ਸੀ। ਔਰ ਇਹ ਅੰਗਰੇਜ਼ੀ 'ਚ ਉਹਨਾਂ ਨੂੰ ਸੁਣਾ ਰਿਹਾ ਜਿਹੜੇ ਬੈਠੇ ਨੇ, ਉਹਨਾਂ ਦੀ ਜਿਵੇਂ ਸਾਰੇ ਅੰਗਰੇਜ਼ ਦੇ ਪੁੱਤਰ ਹੋਣ। ਔਰ ਕਿੱਥੇ ਈਵਨ ਇਹਨਾਂ ਥਾਵਾਂ ਦੇ ਉੱਤੇ ਵੀ ਕੈਨੇਡਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਪੰਜਾਬੀ ਨੂੰ ਤੀਸਰੀ ਇੰਗਲਿਸ਼ ਔਰ ਫਰੈਂਚ ਤੋਂ ਬਾਅਦ ਮਾਨਤਾ ਹੈ, ਸਕੂਲਾਂ ਦੇ ਵਿੱਚ ਇੱਥੇ ਦੂਸਰੇ ਬੱਚੇ ਬੱਚੀਆਂ ਗੋਰਿਆਂ ਦੇ ਜਿਹੜੇ ਨੇ ਜਾਂ ਨੌਨ ਸਿੱਖਾਂ ਦੇ ਪੜ੍ਹਦੇ ਨੇ ਸਕੂਲਾਂ ਦੇ ਵਿੱਚ, ਕਿ ਵੀ ਉਹਨਾਂ ਨੇ ਕਮਿਊਨਿਟੀ ਦੇ ਨਾਲ ਡੀਲ ਕਰਨਾ, ਉਹ ਜ਼ਬਾਨ ਨੂੰ ਜਾਣਨ। ਸੋ ਇਹ ਹੈ ਵੀ ਇੱਕ ਪਾਸੇ ਉਸ ਖਿੱਤੇ ਦੇ ਵਿੱਚ ਕਲਚਰਲ ਜੈਨੋਸਾਈਡ, ਫਿਜ਼ੀਕਲ ਜੈਨੋਸਾਈਡ, ਸਟੈਟਿਸਟੀਕਲ ਜੈਨੋਸਾਈਡ ਔਰ ਇਹ ਲਿੰਗਵਿਸਟਿਕ ਜੈਨੋਸਾਈਡ ਹੈ, ਔਰ ਉੱਥੇ ਇਹ ਕੈਪਟਨ ਅਮਰਿੰਦਰ ਵਰਗੇ ਟੁੱਚੇ ਜਿਹੜੇ ਨੇ ਰੈਂਟਾ ਸਿੱਖ ਜਿਹੜੇ ਨੇ ਉਹ ਦੁਸ਼ਮਣ ਦੇ ਏਜੰਡੇ ਨੂੰ ਲਾਗੂ ਕਰਦੇ। ਜੀ ਡਾਕਟਰ ਸਾਹਿਬ, ਬਿਲਕੁਲ, ਇੱਥੇ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਬੇਨਤੀ ਕਰ ਦਈਏ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ 'ਤੇ ਮੇਲ ਵੀ ਕਰ ਸਕਦੇ ਹੋ। 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਡੇ ਫੋਨ ਨੰਬਰ 'ਤੇ ਵੀ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।